ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਚੋਣਾਂ ਆਉਂਦੀਆਂ ਨੇ ਤਾਂ ਲੋਕਾਂ ਦੀ ਜਿਹੜੀ ਆ ਕਿ ਰਦੋ ਬਦਲ ਸ਼ੁਰੂ ਹੋ ਜਾਂਦੀ ਹੈ, ਦਲ ਬਦਲੂਆਂ ਦੀ ਜਿਹੜੀ ਆ ਕਿ ਗਿਣਤੀ ਦਿਨੋਂ ਦਿਨ ਬਦਲ ਲੱਗ ਜਾਂਦੀ ਹੈ, ਚਾਹੇ ਉਹ ਪੰਥਕ ਧਿਰਾਂ ਦੇ ਵਿੱਚੋਂ ਹੋਣ, ਚਾਹੇ ਉਹ ਸਿਆਸੀ ਧਿਰਾਂ ਦੇ ਵਿੱਚੋਂ ਹੋਣ ਜਾਂ ਕਿਤੋਂ ਵੀ ਹੋਣ। ਸੋ ਹੁਣ ਜਿਹੜੀਆਂ 2022 ਦੀਆਂ ਚੋਣਾਂ ਆ ਰਹੀਆਂ ਨੇ ਉਹਨੂੰ ਲੈ ਕੇ ਵੀ ਜਿਹੜੀਆਂ ਕਿ ਬਹੁਤ ਰਦੋ ਬਦਲ ਹੋ ਰਹੀ ਆ, ਕਈ ਜਥੇਬੰਦੀਆਂ ਨਵੀਆਂ ਆ ਰਹੀਆਂ ਨੇ ਅਤੇ ਕਈ ਜਿਹੜੇ ਸਿਆਸੀ ਧਿਰ ਨੇ ਇੱਕ ਦੂਜੇ ਨਾਲ ਗੱਠਬੰਧਨ ਵੀ ਕਰ ਰਹੇ ਨੇ। ਸੋ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਵਿਅਕਤੀਆਂ ਦੀ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਿਸੇ ਵੇਲੇ ਕਾਰਕੁਨ ਹੁੰਦੇ ਸਨ ਅਤੇ ਅੱਜ ਉਹ ਜਿਹੜੇ ਆ ਕਿ ਉਸ ਪੰਥਕ ਧਿਰ ਦਾ ਜਿਹੜਾ ਕਿ ਆਸਰਾ ਲੈ ਕੇ ਇੱਥੇ ਤੱਕ ਪਹੁੰਚੇ ਨੇ ਅਤੇ ਹੁਣ ਜਿਹੜੇ ਆ ਕਿ ਉਹ BJP ਸਰਕਾਰ ਦੇ ਵਿੱਚ ਜਾ ਰਹੇ ਨੇ। ਅਸੀਂ ਗੱਲ ਕਰਾਂਗੇ ਹਰਿੰਦਰ ਸਿੰਘ ਕਾਹਲੋਂ ਦੇ ਬਾਰੇ ਅਤੇ ਨਾਲ ਹੀ ਆਉਣ ਦੇ ਕੁਲਦੀਪ ਸਿੰਘ ਕਾਹਲੋਂ ਵੀ, ਪਰ ਅੱਜ ਅਸੀਂ ਜਿਹੜੀ ਗੱਲ ਹੈ ਕਿ ਹਰਿੰਦਰ ਸਿੰਘ ਕਾਹਲੋਂ ਦੇ ਬਾਰੇ ਰੱਖਾਂਗੇ। ਅਤੇ ਸਾਡੇ ਨਾਲ ਮੌਜੂਦ ਨੇ ਇਸ ਗੱਲਬਾਤ ਲਈ ਡਾਕਟਰ ਭਗਵਾਨ ਸਿੰਘ ਜੀ, ਜਿਹੜੇ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਇੱਕ ਨਾਮੀ ਸ਼ਖਸੀਅਤ ਰਹੇ ਨੇ। ਅਤੇ ਡਾਕਟਰ ਭਗਵਾਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇੱਕ ਆਪਣਾ ਵੱਖਰਾ ਰੁਤਬਾ ਰਿਹਾ ਆ ਅਤੇ ਪੰਥਕ ਧਿਰਾਂ ਦੇ ਵਿੱਚ ਵੀ ਇੱਕ ਉਹਦਾ ਚੰਗਾ ਨਾਮਣਾ ਰਿਹਾ ਹੈ। ਸੋ ਗੱਲ ਇਹ ਹੈ ਕਿ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਾਂ ਪੰਥਕ ਧਿਰਾਂ ਦੇ ਜਾਂ ਹੋਰ ਜਿਹੜੇ ਧਾਰਮਿਕ ਅਹੁਦਿਆਂ 'ਤੇ ਰਹਿਣ ਵਾਲੇ ਲੋਕ ਨੇ, ਉਹ ਅੱਜ ਜਿਹੜੀ ਆ ਕਿ ਆਪਣੀਆਂ ਜਿਹੜੀਆਂ ਨੇ ਸਰਕਾਰਾਂ ਦੇ ਵਿੱਚ ਆਪਣੀ ਅਹਿਮੀਅਤ ਜ਼ਿਆਦਾ ਰੱਖਣੀ ਚਾਹੁੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ। ਸੋ ਉਹਨੂੰ ਲੈ ਕੇ ਜਿਹੜਾ ਕਿ ਪਿਛਲੇ ਦਿਨੀ BJP ਦੇ ਵਿੱਚ ਪੰਜਾਬ ਤੋਂ 6 ਵਿਅਕਤੀ ਜਿਹੜੇ ਆ ਕੇ ਸ਼ਾਮਿਲ ਹੋਏ ਨੇ, ਜਿਨ੍ਹਾਂ ਦੇ ਵਿੱਚ ਇੱਕ ਹਰਿੰਦਰ ਸਿੰਘ ਕਾਹਲੋਂ ਅਤੇ ਕੁਲਦੀਪ ਸਿੰਘ ਕਾਹਲੋਂ ਦਾ ਨਾਮ ਕਾਫੀ ਚਰਚਾ ਦੇ ਵਿੱਚ ਹੈ, ਕਿਉਂਕਿ ਇਹ ਦੋਵੇਂ ਜਾਣੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਕਾਫੀ ਜੁੜੇ ਰਹੇ ਨੇ। ਸੋ ਹੁਣ ਅੱਜ ਅਸੀਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹਾਂਗੇ ਉਹ ਹਰਿੰਦਰ ਸਿੰਘ ਕਾਹਲੋਂ ਦੇ ਬਾਰੇ ਕਰਨੀ ਚਾਹਾਂਗੇ ਅਤੇ ਅਸੀਂ ਜਾਣਨਾ ਚਾਹਾਂਗੇ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਹਰਿੰਦਰ ਸਿੰਘ ਕਾਹਲੋਂ ਦਾ ਕਿਸ ਤਰ੍ਹਾਂ ਦਾ ਰੁਤਬਾ ਸੀ। ਹਰਿੰਦਰ ਸਿੰਘ ਕਾਹਲੋਂ ਇੱਕ ਸਕੂਲ ਮਾਸਟਰ ਸੀ ਅਤੇ ਫੈਡਰੇਸ਼ਨ ਦੇ ਕੈਂਪਾਂ 'ਚ ਜਾਣ ਲੱਗ ਪਿਆ ਸੀ ਭਾਈ ਅਮਰੀਕ ਸਿੰਘ ਹੋਰਾਂ ਵੇਲੇ, ਅਤੇ ਕੋਈ ਕਸ਼ਮੀਰ ਕੈਂਪ ਲੱਗਿਆ ਸੀ ਉਹਦੇ 'ਚ ਵੀ ਗਿਆ ਸੀ, ਉਸ ਤੋਂ ਬਾਅਦ ਪਾਉਂਟਾ ਸਾਹਿਬ ਕੈਂਪ ਲੱਗਿਆ ਸੀ ਉਹਦੇ 'ਚ ਵੀ ਗਿਆ ਸੀ। ਪਾਉਂਟਾ ਸਾਹਿਬ ਕੈਂਪ ਵਾਲੇ ਵੇਲੇ ਮੈਂ ਇਹਨੂੰ ਮਿਲਿਆ ਸੀ ਹਰਿੰਦਰ ਕਾਹਲੋਂ ਨੂੰ, ਅਤੇ ਕਿਉਂਕਿ ਮੈਂ ਚੰਡੀਗੜ੍ਹ ਦਾ ਕੰਮ ਸਾਰਾ ਮੈਂ ਸਾਂਭ ਰਿਹਾ ਸੀ ਅਤੇ ਚੰਡੀਗੜ੍ਹ ਦਾ ਮਤਲਬ ਇੱਕ ਕਿਸਮ ਦਾ ਮੈਂ ਇੰਚਾਰਜ ਹੀ ਸੀ ਚੰਡੀਗੜ੍ਹ ਯੂਨਿਟ ਦਾ ਉਦੋਂ ਭਾਈ ਅਮਰੀਕ ਸਿੰਘ ਹੋਰਾਂ ਵੇਲੇ। ਅਤੇ ਇਹਨੂੰ ਕਹਿੰਦੇ ਨੇ ਵੀ ਉਦੋਂ ਇਹ ਮੀਤ ਪ੍ਰਧਾਨ ਸੀ ਹਰਿੰਦਰ ਕਾਹਲੋਂ, ਲੇਕਿਨ ਮੈਂ ਇਹਨੂੰ ਕੁਝ ਜ਼ਿਆਦਾ ਐਕਟਿਵ ਨਹੀਂ ਦੇਖਿਆ ਕਦੇ ਵੀ, ਕਿਉਂਕਿ ਮੈਂ ਆਪਰੇਸ਼ਨ ਬਲੂ ਸਟਾਰ ਤੋਂ 3 ਮਹੀਨੇ ਪਹਿਲਾਂ ਮੈਂ ਦਰਬਾਰ ਸਾਹਿਬ ਚਲਾ ਗਿਆ ਸੀ ਮਾਰਚ ਵਿੱਚ, ਜਦੋਂ ਫੈਡਰੇਸ਼ਨ 'ਤੇ ਪਾਬੰਦੀ ਲੱਗਦੀ ਉਦੋਂ ਮੈਂ ਯੂਨੀਵਰਸਿਟੀ ਛੱਡ ਕੇ ਅਤੇ ਦਰਬਾਰ ਸਾਹਿਬ ਚਲਾ ਗਿਆ ਸੀ। ਮਾਰਚ, ਅਪ੍ਰੈਲ, ਮਈ ਅਤੇ 6 ਜੂਨ ਤੱਕ ਮੈਂ ਉੱਥੇ ਰਿਹਾ। ਉਹਨਾਂ 2.5 ਮਹੀਨਿਆਂ ਦੇ ਵਿੱਚ ਮੈਂ ਕਦੇ ਉੱਥੇ ਹਰਿੰਦਰ ਕਾਹਲੋਂ ਨੂੰ ਨਹੀਂ ਦੇਖਿਆ ਉਹਨਾਂ ਦਿਨਾਂ 'ਚ, ਵੀ ਕਿਤੇ ਐਕਟੀਵਿਟੀ ਇਹਨੇ ਕੋਈ ਦਿਖਾਈ ਹੋਵੇ ਜਾਂ ਹਰਿੰਦਰ ਸੰਧੂ ਨਾਲ ਆਇਆ ਹੋਵੇ ਜਾਂ ਭਾਈ ਅਮਰੀਕ ਸਿੰਘ ਹੋਰਾਂ ਕੋਲੋਂ ਆਇਆ ਹੋਵੇ ਜਾਂ ਇਸ ਸੰਤ ਜਰਨੈਲ ਸਿੰਘ ਹੋਰਾਂ ਨੂੰ ਮਿਲਿਆ ਹੋਵੇ। ਮੈਨੂੰ ਤਾਂ ਇਹ ਲੱਗਿਆ ਵੀ ਜਿਸ ਤਰ੍ਹਾਂ ਉਦੋਂ ਇਹ ਬਿਲਕੁਲ ਹੀ ਗੈਰ ਹਾਜ਼ਰ ਸੀ। ਅਤੇ ਜਦੋਂ ਆਪਰੇਸ਼ਨ ਬਲੂ ਸਟਾਰ ਹੋ ਗਿਆ ਸਾਰਾ ਦਾ, ਅਸੀਂ ਵਿੱਚ ਐਕਟਿਵ ਸੀ ਉਹਦੇ ਆਪਰੇਸ਼ਨ ਬਲੂ ਸਟਾਰ ਦੇ, ਮੈਂ ਅਤੇ ਚਰਨਜੀਤ ਸਿੰਘ ਤਲਵੰਡੀ ਅਸੀਂ ਅੰਦਰੋਂ 2 ਨਿਸ਼ਾਨ ਸਾਹਿਬਾਂ ਦੇ ਕੋਲ ਜਿਹੜੀ ਡਿਊਟੀ ਉੱਥੋਂ ਨਿਕਲ ਕੇ ਕਿਸੇ ਤਰੀਕੇ ਨਾਲ ਅਸੀਂ ਢੰਗ ਨਾਲ ਬੜੀ ਮੁਸ਼ਕਿਲ ਨਾਲ ਫੌਜ ਦੇ ਘੇਰੇ 'ਚੋਂ ਨਿਕਲ ਕੇ ਜਦੋਂ ਅਸੀਂ ਲੁਧਿਆਣੇ ਪਹੁੰਚੇ, ਜਲੰਧਰ ਪਹੁੰਚੇ, ਜਲੰਧਰ ਤੋਂ ਬਾਅਦ ਫਿਰ ਦਿੱਲੀ ਪਹੁੰਚੇ। ਜੁਲਾਈ 'ਚ ਮੇਰਾ ਖਿਆਲ ਅਸੀਂ ਦਿੱਲੀ ਪਹੁੰਚ ਗਏ ਹੋਵਾਂਗੇ, ਜੂਨ ਦਾ ਮਹੀਨਾ ਅਸੀਂ ਲੁਧਿਆਣੇ ਅਤੇ ਜਲੰਧਰ ਰਹੇ, ਜੁਲਾਈ 'ਚ ਅਸੀਂ ਦਿੱਲੀ ਪਹੁੰਚ ਗਏ ਸੀ। ਅਤੇ ਜੁਲਾਈ 'ਚ ਸਾਨੂੰ ਉੱਥੋਂ ਪਤਾ ਲੱਗਿਆ ਕਿ ਬੰਗਾਲ ਦੇ ਵਿੱਚ ਜਿਹੜੇ ਬੰਗਾਲ ਦੇ ਸਿੱਖ ਨੇ ਉਹ ਗਵਰਨਰ ਦੇ ਘਰ ਦੇ ਸਾਹਮਣੇ ਭੁੱਖ ਹੜਤਾਲ ਰੱਖ ਰਹੇ ਨੇ, ਅਖਬਾਰਾਂ 'ਚ ਆ ਰਿਹਾ ਸੀ। ਬਾਕੀ ਤਾਂ ਬਹੁਤ ਜ਼ਿਆਦਾ ਸਖਤੀ ਸੀ ਅਤੇ ਕਾਂਗਰਸ ਦੀਆਂ ਸਰਕਾਰਾਂ ਸਨ ਉੱਥੇ ਤਾਂ ਬਹੁਤ ਸਖਤੀ ਸੀ, ਉੱਥੇ ਤਾਂ ਕੋਈ ਬੋਲ ਹੀ ਨਹੀਂ ਸਕਦਾ। ਅਤੇ ਅਸੀਂ ਬੜੇ ਹੈਰਾਨ ਹੋਏ ਵੀ ਉੱਥੇ ਸਿੱਖ ਨੇ ਜਿਹੜੇ ਉਹ ਕਿਸ ਤਰ੍ਹਾਂ ਭੁੱਖ ਹੜਤਾਲ ਰੱਖੀ ਹੋਈ ਉਹਨਾਂ ਨੂੰ ਗਵਰਨਰ ਦੇ ਘਰ ਦੇ ਸਾਹਮਣੇ। ਅਤੇ ਅਸੀਂ ਸੋਚਿਆ ਵੀ ਚਲੋ ਆਪਾਂ ਉੱਥੇ ਚੱਲਦੇ ਹਾਂ ਕਲਕੱਤੇ। ਕਲਕੱਤੇ ਜਾ ਕੇ ਫਿਰ ਸਾਨੂੰ ਪਤਾ ਲੱਗਿਆ ਉੱਥੇ CPM ਦੀ ਸਰਕਾਰ ਹੈ, ਇਸ ਵਾਸਤੇ ਕਾਂਗਰਸ ਦੀ ਉੱਥੇ ਕੋਈ ਗੱਲ ਨਹੀਂ ਚੱਲਦੀ ਅਤੇ ਸਿੱਖ ਨੇ ਜਿਹੜੇ ਉੱਥੇ ਉਹ ਬੈਠੇ ਭੁੱਖ ਹੜਤਾਲ ਅਤੇ ਆਪਰੇਸ਼ਨ ਬਲੂ ਸਟਾਰ ਦੇ ਪ੍ਰੋਟੈਸਟ ਵਜੋਂ ਉੱਥੇ ਰੋਜ਼ ਭੁੱਖ ਹੜਤਾਲ ਕਰਦੇ ਸਨ। ਉੱਥੇ ਜਾ ਕੇ ਅਸੀਂ ਭਾਈ ਕਮਿੱਕਰ ਸਿੰਘ ਹੋਰਾਂ ਨੂੰ ਮਿਲੇ, ਉਹਨਾਂ ਦਾ ਭਰਾ ਸੀ ਜਿਹੜਾ ਛੋਟਾ ਬਲਦੇਵ ਸਿੰਘ, ਉਹ ਵੀ ਸਾਨੂੰ ਇੱਥੇ ਯੂਨੀਵਰਸਿਟੀ 'ਚ ਮਿਲਦਾ ਹੁੰਦਾ ਸੀ। ਇਹਨਾਂ ਦੋਵਾਂ ਦੇ ਕੋਲ ਅਸੀਂ ਉੱਥੇ ਰਹਿ ਜਾ ਕੇ, ਉੱਥੇ ਰਹਿਣ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਫੈਡਰੇਸ਼ਨ ਨੂੰ ਦੁਬਾਰਾ ਅਸੀਂ ਰੀਓਰਗੇਨਾਈਜ਼ ਕਰੀਏ, ਮੈਂ ਅਤੇ ਚਰਨਜੀਤ ਤਲਵੰਡੀ ਨੇ।
ਉਹ ਰੀਓਰਗਨਾਈਜ਼ ਕਰਨ ਦੇ ਚੱਕਰ ਦੇ ਵਿੱਚ ਫਿਰ ਉੱਥੇ ਉਹਨਾਂ ਦਿਨਾਂ ਦੇ ਵਿੱਚ ਤਿੰਦਰਪਾਲ ਸਿੰਘ ਵੀ ਉੱਥੇ ਆ ਗਿਆ, ਸ਼ੁਭਾ ਇੱਕ ਮੁੰਡਾ ਹੁੰਦਾ ਸੀ ਹਰਪ੍ਰੀਤ ਸਿੰਘ ਉਹ ਵੀ ਉੱਥੇ ਆ ਗਿਆ, ਇੱਕ ਹਰੀਰਾਜ ਘੁੰਮਣ ਹੁੰਦਾ ਸੀ ਉਹ ਵੀ ਆ ਗਿਆ, ਕੁਛ ਦੋ ਚਾਰ ਬੰਦੇ ਹੋਰ ਫੈਡਰੇਸ਼ਨ ਦੇ ਉੱਥੇ ਆ ਗਏ ਅਤੇ ਅਸੀਂ ਸੋਚਿਆ ਕਿ ਇਹਨੂੰ ਰੀਓਰਗਨਾਈਜ਼ ਕਰੀਏ। ਜਦੋਂ ਅਸੀਂ ਇਹ ਸੋਚਿਆ ਤਾਂ ਅਸੀਂ ਸੋਚਿਆ ਵੀ ਹੋਰ ਕੁਛ ਬੰਦੇ ਇਕੱਠੇ ਕਰੀਏ ਆਪਾਂ ਫੈਡਰੇਸ਼ਨ ਦੇ ਪੁਰਾਣੇ ਬੰਦੇ ਨੇ ਜਿਹੜੇ। ਜਦੋਂ ਅਸੀਂ ਭਾਲ ਸ਼ੁਰੂ ਕੀਤੀ ਤਾਂ ਇਹਦਾ ਸਾਨੂੰ ਪਤਾ ਲੱਗਿਆ ਵੀ ਹਰਿੰਦਰ ਕਾਹਲਾ ਜਿਹੜਾ ਉਹ ਬਰੇਲੀ ਆਪਦੇ ਸਹੁਰਿਆਂ ਦੇ ਘਰ ਲੁਕਿਆ ਹੋਇਆ। ਅੱਛਾ। ਅਤੇ ਅਸੀਂ ਉਹਨੂੰ ਹਰੀਰਾਜ ਘੁੰਮਣ ਨੂੰ ਮੈਂ ਕਿਹਾ ਵੀ ਜੇ ਉਹਨੂੰ ਐਕਟਿਵ ਹੁੰਦਾ ਸੀ ਮਾੜਾ ਮੋਟਾ ਤਾਂ ਚਲੋ ਆਪਾਂ ਬੰਦੇ ਇਕੱਠੇ ਕਰਨੇ ਨੇ, ਤੂੰ ਉਹਨੂੰ ਹਰਿੰਦਰ ਕਾਹਲਾ ਨੂੰ ਲੱਭ ਲੁਭ ਕੇ ਲਿਆ। ਉਹਦੇ ਨਾਲ ਇਹਦਾ ਸੰਪਰਕ ਸੀਗਾ ਹਰਿੰਦਰ ਕਾਹਲਾ ਦਾ ਹਰੀਰਾਜ ਘੁੰਮਣ ਨਾਲ। ਉਹ ਹਰੀਰਾਜ ਘੁੰਮਣ ਫਿਰ ਇਹਨੂੰ ਆਪਦੇ ਬਰੇਲੀ ਸਹੁਰਿਆਂ ਦੇ ਘਰੋਂ ਮਤਲਬ ਕੱਢ ਕੇ ਲਿਆਇਆ ਅਤੇ ਸਾਨੂੰ ਇਹਨੇ ਬੁਲਾਇਆ ਕਲਕੱਤੇ। ਪਹਿਲਾਂ ਅਸੀਂ ਲੁਧਿਆਣੇ ਮਿਲੇ ਰਜਿੰਦਰਪਾਲ ਸਿੰਘ ਬੁਲਾਰਾ ਦੇ ਘਰ, ਉੱਥੇ ਕਹਿਣ ਲੱਗਾ ਮੈਂ ਹੁਣ ਕੰਮ ਕਰਾਂਗਾ ਮਤਲਬ ਤਨਦੇਹੀ ਨਾਲ ਅਤੇ ਆਪਾਂ ਸਾਰੇ ਰੀਓਰਗਨਾਈਜ਼ ਕਰੀਏ ਫੈਡਰੇਸ਼ਨ। ਫਿਰ ਅਸੀਂ ਕਲਕੱਤੇ ਸਤੰਬਰ 'ਚ ਬੈਠ ਕੇ ਅਤੇ ਉੱਥੇ ਐਡਹੋਕ ਕਮੇਟੀ ਬਣਾਈ ਫੈਡਰੇਸ਼ਨ ਦੀ, ਜਿਸ ਤਰ੍ਹਾਂ ਉਦੋਂ ਅਕਾਲੀ ਦਲ ਦੀ ਐਡਹੋਕ ਕਮੇਟੀ ਬਣ ਗਈ ਸੀ, ਐਸ ਜੀ ਪੀ ਸੀ ਦੀ ਐਡਹੋਕ ਕਮੇਟੀ ਬਣ ਗਈ ਸੀ, ਕਿਉਂਕਿ ਸਾਰੇ ਲੀਡਰ ਸੀ ਜਿਹੜੇ ਉਹ ਤਾਂ ਅੰਦਰ ਹੋ ਗਏ। ਸਾਡੇ ਵੀ ਜਿਹੜੀ ਫੈਡਰੇਸ਼ਨ ਦੀ ਲੀਡਰਸ਼ਿਪ ਸੀ ਉਹ ਕੁਛ ਸ਼ਹੀਦ ਹੋ ਗਈ, ਭਾਈ ਅਮਰੀਕ ਸਿੰਘ ਹੋਣੀ ਸ਼ਹੀਦ ਹੋ ਗਏ ਅਤੇ ਹਰਮਿੰਦਰ ਸਿੰਘ ਸੰਧੂ ਅਤੇ ਜਿਹੜੇ ਦੂਜੇ ਸਥਾਨ ਉਹ ਇਹਨਾਂ ਦੇ ਨਾਲ ਦੇ ਲੀਡਰ ਉਹ ਸਾਰੇ ਜੋਧਪੁਰ ਜੇਲ੍ਹ ਪਹੁੰਚ ਗਏ। ਅਤੇ ਅਸੀਂ ਕਿਹਾ ਵੀ ਐਡਹੋਕ ਕਮੇਟੀ ਆਪਾਂ ਵੀ ਬਣਾਈਏ। ਉਹ ਐਡਹੋਕ ਕਮੇਟੀ ਦੇ ਵਿੱਚ ਅਸੀਂ ਮਤਲਬ ਸੱਤ ਅੱਠ ਬੰਦੇ ਲਾਏ ਉਦੋਂ, ਸੱਤ ਅੱਠ ਬੰਦਿਆਂ ਦੇ ਵਿੱਚ ਅਸੀਂ ਜਦੋਂ ਸੋਚਿਆ ਵੀ ਹੁਣ ਇਹਦੀ ਸਪੋਕਸਮੈਨ ਜਾਂ ਬੁਲਾਰਾ ਕਿਹਨੂੰ ਬਣਾਈਏ, ਤਾਂ ਅਸੀਂ ਸੋਚਿਆ ਕਿਉਂਕਿ ਹਰਿੰਦਰ ਕਾਹਲਾ ਪੰਜਾਬ ਦੇ ਰਹਿਣ ਵਾਲਾ ਹੀ ਹੈ, ਅਤਿੰਦਰਪਾਲ ਸਿੰਘ ਵੀ ਉੱਥੇ ਸੀ, ਉਹ ਉਦੋਂ ਸੀਨੀਅਰ ਵਾਈਸ ਪ੍ਰੈਜੀਡੈਂਟ ਸੀ ਫੈਡਰੇਸ਼ਨ ਦਾ, ਅਤੇ ਕੁਛ ਜਿਹੜੇ ਪੰਜਾਬ ਦੇ ਮੁੰਡੇ ਸੀ ਉਹ ਕਹਿਣ ਲੱਗੇ ਵੀ ਆਪਾਂ ਪੰਜਾਬ ਦਾ ਬੰਦਾ ਹੀ ਬਣਾਉਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਹੀ ਮੂਵਮੈਂਟ ਚਲਾਉਣੀ ਆਪਾਂ, ਅਤੇ ਜਿਹੜਾ ਅਤਿੰਦਰਪਾਲ ਸਿੰਘ ਇਹ ਬਾਹਰ ਦੇ ਰਹਿਣ ਵਾਲਾ ਉਦੋਂ ਇਹ ਭੁਪਾਲ ਰਹਿੰਦਾ ਹੁੰਦਾ ਸੀ ਮੱਧ ਪ੍ਰਦੇਸ਼ 'ਚ, ਅਤੇ ਜੇ ਆਪਾਂ ਇਹਨੂੰ ਬਣਾ ਦਈਏ ਤਾਂ ਇਹਦੀ ਮਤਲਬ ਉਹਨਾਂ ਦੇ ਵਿੱਚ ਮੁੰਡਿਆਂ ਦੇ ਵਿੱਚ ਇੰਨੀ ਸੇਹ ਨਹੀਂ ਹੋਣੀ ਜਿਵੇਂ ਆਪਾਂ ਹਰਿੰਦਰ ਕਾਹਲਾ ਨੂੰ ਬਣਾ ਦਈਏ ਫੋਰ ਦੀ ਟਾਈਮਿੰਗ ਤਾਂ ਠੀਕ ਹੈ। ਮੈਂ ਹੀ ਸੀ ਉਦੋਂ ਸਾਰਾ ਕੁਛ ਕਰਨ ਵਾਲਾ ਤਾਂ, ਅਤੇ ਮੈਂ ਕਿਹਾ ਚਲੋ ਹਰਿੰਦਰ ਕਾਹਲਾ ਨੂੰ ਬਣਾ ਦਿੰਦੇ ਆਪਾਂ ਸਪੋਕਸਮੈਨ, ਅਤੇ ਚਰਨਜੀਤ ਸਿੰਘ ਤਲਵੰਡੀ ਨੂੰ ਅਸੀਂ ਉੱਥੇ ਸੈਕਟਰੀ ਬਣਾ ਦਿੱਤਾ। ਇਹ ਅਸੀਂ ਡਿਕਲੇਅਰ ਕਰਤੀ ਕਮੇਟੀ, ਇੱਕ ਤਾਂ ਅਸੀਂ ਉਹਦਾ ਜਿਹੜਾ ਨਿਊਜ਼ ਸੀ ਉਹ ਅਸੀਂ ਦਿੱਲੀ ਭੇਜਤੀ, ਹਿੰਦੁਸਤਾਨ ਟਾਈਮਜ਼ ਵਿੱਚ ਲੱਗੀ ਵੀ ਸੀ ਇਹ ਨਿਊਜ਼, ਉੱਥੋਂ ਅਸੀਂ ਕਿਸੇ ਬੰਦੇ ਨੂੰ ਇਹ ਨਿਊਜ਼ ਦੇ ਕੇ ਅਤੇ ਦਿੱਲੀ ਭੇਜਿਆ ਕਿ ਜੇ ਕਲਕੱਤੇ ਅਸੀਂ ਇਹ ਨਿਊਜ਼ ਲਾਈ ਤਾਂ ਇੱਥੋਂ ਪਤਾ ਲੱਗ ਜੂਗਾ ਅਸੀਂ ਲੁਕੇ ਹੋਏ ਸੀ। ਇਸ ਵਾਸਤੇ ਅਸੀਂ ਦਿੱਲੀ ਭੇਜੇ, ਦਿੱਲੀ ਸਾਡੀ ਨਿਊਜ਼ ਲੱਗ ਗਈ ਵੀ ਇਹ ਫੈਡਰੇਸ਼ਨ ਵਨ ਐਡਹੋਕ ਕਮੇਟੀ ਬਣਾ ਦਿੱਤੀ। ਅਤੇ ਜਦੋਂ ਤੁਸੀਂ ਐਡਹਾਕ ਕਮੇਟੀ ਬਣਾਈ ਹੈ ਅਤੇ ਉਹਦੇ ਵਿੱਚ ਹਰਿੰਦਰ ਸਿੰਘ ਕਾਹਲਾ ਨੂੰ ਕੀ ਕਿਸ ਅਹੁਦੇ 'ਤੇ ਤੁਸੀਂ ਰੱਖਿਆ? ਇਹਦੇ ਮਤਲਬ ਸਪੋਕਸਮੈਨ ਦੇ ਤੌਰ 'ਤੇ ਵੀ ਐਡਹਾਕ ਕਮੇਟੀ ਦੇ ਜਿਹੜੇ ਪ੍ਰੋਗਰਾਮ ਹੋਣਗੇ ਉਹਨਾਂ ਦਾ ਜਿਹੜਾ ਬੁਲਾਰਾ ਹੈ ਉਹ ਹਰਿੰਦਰ ਸਿੰਘ ਕਾਹਲਾ। ਕਿਹੜੇ ਸਾਲ ਵਿੱਚ ਤੁਸੀਂ ਬਣਾਈ ਸੀ? 84 ਸਤੰਬਰ 'ਚ ਬਣਾਤੀ। ਜਦੋਂ 84 ਸਤੰਬਰ 'ਚ ਤੁਸੀਂ ਕਮੇਟੀ ਬਣਾਈ, ਹਰਿੰਦਰ ਸਿੰਘ ਕਾਹਲਾ ਨੂੰ ਤੁਸੀਂ ਬੁਲਾਰਾ ਲਗਾ ਤਾ, ਹਾਂ, ਅਤੇ ਉਸ ਤੋਂ ਬਾਅਦ ਹਰਿੰਦਰ ਸਿੰਘ ਕਾਹਲਾ ਦੀਆਂ ਕੀ ਜਿਹੜੀਆਂ ਕਿ ਗਤੀਵਿਧੀਆਂ ਰਹੀਆਂ ਨੇ? ਹਰਿੰਦਰ ਸਿੰਘ ਕਾਹਲਾ ਦੀਆਂ ਕਦੀ ਗਤੀਵਿਧੀਆਂ ਤਾਂ ਕੋਈ ਵੀ ਨਹੀਂ ਸੀ। ਅਸੀਂ ਚਰਨਜੀਤ ਸਿੰਘ ਤਲਵੰਡੀ ਨੂੰ ਬਣਾਇਆ ਸੀ ਸੈਕਟਰੀ, ਅਤੇ ਉਹ ਕੰਮ ਸਾਰਾ ਸੈਕਟਰੀ ਕਰਦਾ ਸੀ, ਜਿਹੜਾ ਕੋਈ ਬਿਆਨ ਵਗੈਰਾ ਲਿਖਣਾ ਹੁੰਦਾ ਸੀ ਜਾਂ ਜਿਹੜਾ ਕਲਕੱਤੇ ਈਸਟਰਨ ਮਤਲਬ ਜਿਹੜੀ ਪ੍ਰੋਵਿੰਸਿਸ ਦੀ ਕਾਨਫਰੰਸ ਸਿੱਖਾਂ ਦੀ ਹੋਈ ਸੀ ਉਹਦੇ ਵਿੱਚ ਅਸੀਂ ਮੈਸੇਜ ਪੜ੍ਹਿਆ, ਅਤੇ ਇੱਕ ਇੱਥੇ ਸਿੰਘ ਸਾਹਿਬਾਂ ਨੇ ਜਿਹੜੀ ਸ਼ਹੀਦਾਂ ਦੇ ਇਕਨੋਮਿਕ ਕਾਨਫਰੰਸ ਸੱਦੀ ਸੀ ਉਹਦੇ ਵਿੱਚ ਅਸੀਂ ਮੈਸੇਜ ਲਿਖ ਕੇ ਭੇਜਿਆ, ਉਹ ਚਰਨਜੀਤ ਸਿੰਘ ਤਲਵੰਡੀ ਦੇ ਮੈਂ ਮੈਸੇਜ ਲਿਖ ਦੇਣੇ ਹੁੰਦੇ ਸੀ, ਉੱਥੇ ਜਾ ਕੇ ਪੜ੍ਹਿਆ ਜਾਂਦਾ ਹੁੰਦਾ ਸੀ ਉਹ ਕਾਨਫਰੰਸਾਂ ਦੇ ਵਿੱਚ। ਉਹਦੇ ਤੋਂ ਬਾਅਦ ਫਿਰ ਜਦੋਂ ਇਹ ਹਰਿੰਦਰ ਕਾਹਲਾ ਮੈਨੂੰ ਬਾਅਦ 'ਚ ਪਤਾ ਲੱਗਿਆ, ਉਦੋਂ ਸਾਨੂੰ ਨਹੀਂ ਸੀ ਪਤਾ ਵੀ ਇਹ ਕੀ ਮਤਲਬ ਇਹ ਕਿਸ ਕਿਸਮ ਦਾ ਬੰਦਾ ਹੈ। ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਇਹਨੇ ਆਪੇ ਹੀ ਦੱਸਿਆ ਵੀ ਮੈਂ ਡੀ ਐੱਸ ਪੰਨੂ 'ਚ, ਕੋਈ ਦਲਜੀਤ ਸਿੰਘ ਪੰਨੂ ਹੁੰਦਾ ਸੀ ਉਦੋਂ ਬੈਕ ਸਿੰਘ ਉਹਦਾ ਚੇਅਰਮੈਨ ਸੀ ਉਹ ਪੰਜਾਬ ਗੌਰਮੈਂਟ ਦੇ ਵਿੱਚ। ਇਹ 84 ਦੀ ਗੱਲ ਹੈ? 84-85 ਦੀ ਗੱਲ ਹੈ। ਉਦੋਂ ਬੈਕ ਸਿੰਘ ਉਹਦਾ ਚੇਅਰਮੈਨ ਸੀ ਮਤਲਬ ਬਲਵੰਤ ਸਿੰਘ ਦੇ ਨੇੜੇ ਹੁੰਦਾ ਸੀ ਜਿਹੜਾ ਖਜ਼ਾਨਾ ਮੰਤਰੀ ਸੀ। ਅਤੇ ਇਹਨੇ ਮੈਨੂੰ ਇੱਕ ਦਿਨ ਦੱਸਿਆ ਵੀ ਮੈਂ ਡੀ ਐੱਸ ਪੰਨੂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ, ਅਤੇ ਡੀ ਐੱਸ ਪੰਨੂ ਜੇ ਚਾਹੇ ਤਾਂ ਅੱਧੀ ਰਾਤ ਵੀ ਇੰਦਰਾ ਗਾਂਧੀ ਨੂੰ ਮਿਲ ਸਕਦਾ। ਅਤੇ ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਵੀ ਇਹੋ ਜਿਹਾ ਕਿਹੜਾ ਬੰਦਾ ਹੋਇਆ ਵੀ ਜਿਹਨੂੰ ਇੰਦਰਾ ਗਾਂਧੀ ਅੱਧੀ ਰਾਤ ਵੀ ਮਿਲ ਸਕਦੀ? ਉਦੋਂ ਸਾਨੂੰ ਇੰਨਾ ਪਤਾ ਨਹੀਂ ਸੀ ਵੀ ਇਹ ਏਜੰਸੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਨੇ। ਉਹ ਫਿਰ ਆਹਿਸਤਾ ਆਹਿਸਤਾ ਜਦੋਂ ਅਸੀਂ ਤੁਰੇ ਇਸ ਪਾਸੇ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਕੰਮ ਹੀ ਸਾਰਾ ਏਜੰਸੀਆਂ ਚਲਾ ਰਹੀਆਂ ਨੇ। ਹਰਿੰਦਰ ਕਾਹਲਾ ਤੋਂ ਪਹਿਲਾਂ ਹੀ ਏਜੰਸੀਆਂ ਦਾ ਬੰਦਾ ਸੀ ਕਿਉਂਕਿ ਡੀ ਐੱਸ ਪੰਨੂ ਦੇ ਬਹੁਤ ਨੇੜੇ ਸੀ, ਸਾਰੀ ਗੱਲ ਡੀ ਐੱਸ ਪੰਨੂ ਤੋਂ ਪੁੱਛ ਕੇ ਚੱਲਦਾ ਸੀ। ਉਹ ਆਹਿਸਤਾ ਆਹਿਸਤਾ ਫਿਰ ਇੱਥੋਂ ਤੱਕ ਗੱਲ ਪਹੁੰਚ ਗਈ ਵੀ ਬਾਬਾ ਜਗਿੰਦਰ ਸਿੰਘ ਨੇ ਅਕਾਲੀ ਦਲ ਬਣਾ ਲਿਆ ਅਤੇ ਅਸੀਂ ਵੀ ਆਪਦਾ ਦਫ਼ਤਰ ਖੋਲ੍ਹ ਲਿਆ ਇੱਥੇ। ਦਫ਼ਤਰ ਖੋਲ੍ਹਣ ਦੇ ਵਿੱਚ ਚਰਨਜੀਤ ਸਿੰਘ ਤਲਵੰਡੀ ਜਿਹੜਾ ਉਹਨੇ ਦਫ਼ਤਰ ਸਾਂਭਲਿਆ, ਅਤੇ ਇਹ ਸੀ ਜਿਹੜਾ ਇਹਨੇ ਡੀ ਐੱਸ ਪੰਨੂ ਨਾਲ ਮਿਲ ਕੇ ਅਤੇ ਇਹਨੇ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਤੀ। ਉਦੋਂ ਅਰਜਨ ਸਿੰਘ ਗਵਰਨਰ ਬਣ ਕੇ ਆਇਆ ਸੀ, ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣ ਗਿਆ ਸੀ। ਉਹ ਇਹਨੇ ਨਾ ਫਿਰ ਮਤਲਬ ਡੀ ਐੱਸ ਪੰਨੂ ਨਾਲ ਮਿਲ ਕੇ ਅਤੇ ਇਹਨੇ ਸਾਰਾ ਘਾਲਾ ਮਾਲਾ ਕੀਤਾ ਅਤੇ ਆ ਕੇ ਫਿਰ ਇਹ ਮੈਨੂੰ ਇੱਕ ਦਿਨ ਇਹਨੇ ਮੈਨੂੰ ਦੱਸਿਆ ਵੀ ਆਹ ਗੱਲਬਾਤ ਸਰਕਾਰ ਨਾਲ ਹੋਈ ਸਾਡੀ, ਅਤੇ
ਅਤੇ ਮੈਂ ਕਿਹਾ ਤੂੰ ਕਿਸ ਕਪੈਸਿਟੀ 'ਚ ਮਿਲਣ ਜਾ ਰਿਹਾ, ਤੇਰਾ ਤਾਂ ਕੋਈ ਮਤਲਬ ਆਪਾਂ ਨੂੰ ਹਜੇ ਆਪਣਾ ਇੰਨਾ ਮੁਸ਼ਕਿਲ ਟਾਈਮ 'ਚੋਂ ਆਪਾਂ ਲੰਘ ਰਹੇ ਹਾਂ, ਅਤੇ ਆਪਾਂ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ ਬੰਦੇ ਨੇ ਜਿਹੜੇ ਉਹ ਕੀ ਸਮਝਣਗੇ ਜੇ ਤੂੰ ਉਹਨਾਂ ਨੂੰ ਮਿਲਣ ਜਾਏਗਾ, ਅਤੇ ਇਹ ਕੰਮ ਤੂੰ ਬੰਦ ਕਰ। ਪਰ ਇਹਨੇ ਬੰਦ ਨਹੀਂ ਕੀਤਾ, ਇਹਨੂੰ ਸਰਕਾਰ ਦੀਆਂ ਇੰਸਟਰਕਸ਼ਨਾਂ ਸਨ ਕਿ ਜਦੋਂ ਜੇਲ੍ਹਾਂ 'ਚ ਜਾਂਦਾ ਸੀ ਉਦੋਂ ਵੱਡਾ ਗੇਟ ਖੁੱਲ੍ਹਦਾ ਹੁੰਦਾ ਸੀ, ਅਤੇ ਮੁੰਡੇ ਨੂੰ ਮਿਲਣ ਤੋਂ ਮਤਲਬ ਨਾ ਕਰ ਦਿੰਦੇ ਸੀ ਅੰਦਰੋਂ। ਮਤਲਬ ਇਸ ਤਰ੍ਹਾਂ ਦੀ ਇਹਦੀ ਪੁਜੀਸ਼ਨ ਸੀ, ਉਦੋਂ ਇਹਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ। ਸਾਰਿਆਂ ਨੂੰ ਇਹ ਸੀ ਵੀ ਇਹ ਸਰਕਾਰ ਦਾ ਬੰਦਾ, ਸਰਕਾਰ ਦੇ ਕਹਿ 'ਤੇ ਆਉਂਦਾ, ਸਰਕਾਰ ਇਹਨੂੰ ਮਤਲਬ VIP ਟ੍ਰੀਟਮੈਂਟ ਦੇ ਰਹੀ ਹੈ। ਅਤੇ ਹਾਂਜੀ ਹਾਂਜੀ ਦੱਸੋ। ਅਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਸਰਕਾਰ ਦੇ ਨਾਲ ਇਹ ਰਿਕਾਲਾ ਮਾਲਾ ਕਰ ਰਿਹਾ ਸਾਰਾ, ਅਤੇ ਫਿਰ ਇਹਨੇ ਆਪਦਾ ਆ ਕੇ ਦਫ਼ਤਰ 'ਤੇ ਵੀ ਕਬਜ਼ਾ ਕਰ ਲਿਆ। ਚਰਨਜੀਤ ਸਿੰਘ ਤਲਵੰਡੀ ਸੀ ਜਿਹੜਾ, ਉਹ ਜ਼ਿਆਦਾ ਖਾੜਕੂ ਧਿਰਾਂ ਵਾਲੇ ਪਾਸੇ ਉਹਦਾ ਝੁਕਾਅ ਸੀ, ਉਹਨੇ ਖਾੜਕੂ ਧਿਰਾਂ ਦੇ ਨਾਲ ਆਪਦਾ ਰਾਬਤਾ ਜ਼ਿਆਦਾ ਕਾਇਮ ਕਰ ਲਿਆ, ਐਕਸ਼ਨਾਂ ਦੇ ਵਿੱਚ ਪੈ ਗਿਆ, ਅਤੇ ਇਹਨੇ ਆਪਦੇ ਬੰਦੇ ਉੱਥੇ ਮਤਲਬ ਫੈਡਰੇਸ਼ਨ ਦੇ ਦਫ਼ਤਰ 'ਚ ਬਿਠਾ ਕੇ ਕਿਸਮ ਦਾ ਕਬਜ਼ਾ ਕਰ ਲਿਆ ਫੈਡਰੇਸ਼ਨ ਦੇ ਦਫ਼ਤਰ 'ਤੇ। ਅਤੇ ਫਿਰ ਉਹਦੇ ਨਾਲ ਉਸ ਵਕਤ ਜਿਹੜਾ ਕਿ ਫੈਡਰੇਸ਼ਨ ਨੂੰ ਕੀ ਨੁਕਸਾਨ ਹੋਇਆ? ਫੈਡਰੇਸ਼ਨ ਦੋ ਫਾੜ ਜਿਹੜੀ ਉਹ ਇਸ ਕਰਕੇ ਹੋਈ ਹੈ ਕਿ ਹਰਿੰਦਰ ਸਿੰਘ ਕਾਹਲੋਂ ਜਿਹੜਾ ਸਰਕਾਰ ਨਾਲ ਮਿਲਿਆ ਸੀ ਅਤੇ ਸਰਕਾਰ ਦੀਆਂ ਪੋਲਿਸੀਜ਼ ਨੂੰ ਇਹ ਇੰਪਲੀਮੈਂਟ ਕਰਦਾ ਸੀ, ਅਤੇ ਸਰਕਾਰ ਕਦੇ ਵੀ ਨਹੀਂ ਚਾਹੁੰਦੀ ਵੀ ਫੈਡਰੇਸ਼ਨ ਦਾ ਦਬਦਬਾ ਬਣੇ ਜਾਂ ਫੈਡਰੇਸ਼ਨ ਦੀ ਗੱਲਬਾਤ ਕਰਕੇ ਫੈਡਰੇਸ਼ਨ ਦੀ ਸਰਕਾਰ ਬਣੀ। ਉਹ ਚਾਹੁੰਦੀ ਸੀ ਫੈਡਰੇਸ਼ਨ ਬਾਈਫਰਕੇਟ ਕਰੋ, ਫਿਰ ਇਸ ਨੂੰ ਉਸ ਤੋਂ ਅੱਗੇ ਵੰਡੋ, ਉਸ ਤੋਂ ਅੱਗੇ ਵੰਡੋ, ਅਤੇ ਜਿਹੜੀ ਤਾਕਤ ਉਹ ਬਿਲਕੁਲ ਖਤਮ ਕਰੋ। ਲੇਕਿਨ ਉਦੋਂ ਫੈਡਰੇਸ਼ਨ ਦਾ ਇੰਨਾ ਜ਼ਿਆਦਾ ਨਾਮ ਬਣ ਗਿਆ ਸੀ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਕਾਰਨ, ਆਪਰੇਸ਼ਨ ਬਲੂ ਸਟਾਰ ਕਾਰਨ, ਕਿ ਲੋਕਾਂ ਦੇ ਵਿੱਚ ਇਹੋ ਹੀ ਗੱਲ ਸੀ ਵੀ ਫੈਡਰੇਸ਼ਨ ਹੈ ਜਿਹੜੀ ਉਹ ਹੀ ਆਲੇ ਨਾਲ ਹੈ, ਫੈਡਰੇਸ਼ਨ ਹੀ ਸਰਕਾਰ ਬਣਾਉਣੀ, ਫੈਡਰੇਸ਼ਨ ਹੀ ਸਰਕਾਰ ਨਾਲ ਗੱਲ ਕਰੇ। ਲੇਕਿਨ ਜਿਹੜੀ ਸਰਕਾਰ ਸੀ ਹਿੰਦੁਸਤਾਨ ਦੀ, ਉਹ ਚਾਹੁੰਦੀ ਸੀ ਵੀ ਅਕਾਲੀਆਂ ਨਾਲ, ਮਤਲਬ ਅਕਾਲੀ ਵੀ ਇਹ ਚਾਹੁੰਦੇ ਸੀ ਫੈਡਰੇਸ਼ਨ ਦੇ ਨਾਲ ਗੱਲ ਨਾ ਗੱਲਬਾਤ ਨਾ ਹੋਵੇ। ਅਕਾਲੀਆਂ ਨੂੰ ਸਰਕਾਰ ਨੇ ਮਨਾਉਣ ਵਾਸਤੇ ਹਰਿੰਦਰ ਕਾਹਲੋਂ ਦੀ ਜਿਹੜੀ ਤਸਵੀਰ ਹੈ, ਜਦੋਂ ਹਰਿੰਦਰ ਕਾਹਲੋਂ ਮਿਲਣ ਗਿਆ ਉੱਥੇ, ਉਦੋਂ ਜਿਹੜੀ ਇਹ ਤਸਵੀਰ ਇਹਦੀ ਸੀ ਹਰਮਿੰਦਰ ਸੰਧੂ ਨਾਲ ਅਤੇ ਭਾਈ ਮਨਜੀਤ ਸਿੰਘ, ਉਹ ਤਸਵੀਰ ਸਰਕਾਰ ਨੇ ਅਕਾਲੀਆਂ ਨੂੰ ਦਿਖਾਤੀ ਵੀ ਅਸੀਂ ਫੈਡਰੇਸ਼ਨ ਨਾਲ ਗੱਲਬਾਤ ਕਰਾਂਗੇ, ਸਮਝੌਤਾ ਕਰਾਂਗੇ ਜੇ ਤੁਸੀਂ ਨਹੀਂ ਮੰਨਦੇ ਤਾਂ। ਮਤਲਬ ਲੌਂਗੋਵਾਲ ਹੈ ਜਿਹੜਾ, ਉਹ ਇਸ ਕਰਕੇ ਇਹਨਾਂ ਨੇ ਤਿਆਰ ਕੀਤਾ ਫਿਰ ਕਾਰਡ ਕਰਨ ਵਾਸਤੇ ਵੀ ਜੇ ਆਪਾਂ ਸਸਤਾ ਕਾਰਡ 'ਤੇ ਸਾਈਨ ਨਹੀਂ ਕਰਦੇ ਤਾਂ ਫਿਰ ਇਹ ਫੈਡਰੇਸ਼ਨ ਵਾਲਿਆਂ ਨਾਲ ਸਮਝੌਤਾ ਕਰਨਗੇ, ਅਤੇ ਪਤਾ ਨਹੀਂ ਫੈਡਰੇਸ਼ਨ ਵਾਲੇ ਜੇ ਇੱਕ ਵਾਰ ਸਮਝੌਤਾ ਫੈਡਰੇਸ਼ਨ ਨਾਲ ਹੋ ਗਿਆ ਤਾਂ ਫਿਰ ਆਪਾਂ ਸਦਾ ਵਾਸਤੇ ਖਤਮ ਆ। ਇਸ ਵਾਸਤੇ ਇਹਨਾਂ ਨੇ ਉਹ ਫੋਟੋ ਦਿਖਾ ਕੇ ਹਰਿੰਦਰ ਕਾਹਲੋਂ ਦੀ ਅਤੇ ਰਾਜੀਵ ਲੌਂਗੋਵਾਲ ਦਾ ਜਿਹੜਾ ਕਾਰਡ ਉਹ ਕੀਤਾ। ਅਤੇ ਅੱਛਾ, ਹੁਣ ਇਸਦੇ ਵਿੱਚ ਗੱਲ ਇਹ ਆ ਕਿ ਫਿਲਹਾਲ ਬੀਤੇ ਦਿਨ ਜਿਹੜੇ ਆ ਕੇ ਹਰਿੰਦਰ ਸਿੰਘ ਕਾਹਲੋਂ BJP ਦੇ ਵਿੱਚ ਜਿਹੜੇ ਆ ਕੇ ਸ਼ਾਮਿਲ ਹੋ ਗਏ। ਨਹੀਂ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਉਹ ਹਰ DS ਪੰਨੂ ਹੈ ਜਿਹੜਾ, ਉਹ ਸੀ ਰਾਹ ਦਾ ਬੰਦਾ ਜਿਹੜਾ ਰਿਸਰਚ ਐਂਡ ਐਨਾਲਿਸਿਸ ਵਿੰਗ ਹੈ ਜਿਹੜਾ ਸਰਕਾਰ ਦਾ, ਭਾਈ ਮੈਨੂੰ ਹਰਿੰਦਰ ਕਾਹਲੋਂ ਨੇ ਆਪ ਹੀ ਦੱਸਿਆ ਵੀ ਉਹ ਜਦੋਂ ਮਰਜ਼ੀ ਜਾ ਕੇ ਇੰਦਰਾ ਗਾਂਧੀ ਮਿਲ ਸਕਦਾ, ਅਤੇ ਜੇ ਉਹ ਰਾਹ ਦਾ ਬੰਦਾ ਸੀ ਇਹ ਵੀ ਰਾਹ ਦਾ ਬੰਦਾ ਸੀ, ਅਤੇ ਉਸ ਤੋਂ ਬਾਅਦ ਫਿਰ ਇਹਨੇ ਸਾਰਾ ਕੰਮ ਜਿਹੜਾ ਕੀਤਾ ਉਹ ਰਾਹ ਦੇ ਕਹਿਣ 'ਤੇ ਕੀਤਾ, ਏਜੰਸੀਆਂ ਦੇ ਕਹਿਣ 'ਤੇ ਕੀਤਾ, ਅਤੇ ਉਸੇ ਲਾਈਨ ਦੇ ਵਿੱਚ ਹੀ ਫਿਰ ਇਹ ਮਤਲਬ ਉਹਨਾਂ ਨੇ ਫਿੱਟ ਕਰ ਲਿਆ ਇਹਨੂੰ ਆਪਦੀ ਲਾਈਨ ਦੇ ਵਿੱਚ DS ਪੰਨੂ ਦੇ ਨਾਲ। ਅਤੇ DS ਪੰਨੂ ਸੀ ਜਿਹੜਾ, ਉਹਨੂੰ ਰਾਜੀਵ ਲੌਂਗੋਵਾਲ ਕਾਰਡ ਹੈ ਜਿਹੜਾ, ਉਹਦੇ ਵਿੱਚ ਵੀ DS ਪੰਨੂ ਦਾ ਇਸ ਕਰਕੇ ਮਤਲਬ ਹੱਥ ਸੀ ਕਿਉਂਕਿ DS ਪੰਨੂ ਇਹਨੂੰ ਉੱਥੇ ਲੈ ਗਿਆ, ਇਹਦੀ ਫੋਟੋ ਉਹਨੇ ਖਿਚਵਾ ਦਿੱਤੀ ਹਰਿੰਦਰ ਸੰਧੂ ਅਤੇ ਮਨਜੀਤ ਸਿੰਘ ਦੇ ਨਾਲ। ਉਹ ਫੋਟੋ ਜਿਹੜੀ ਉਹ ਉਹਨਾਂ ਨੇ ਸਰਕਾਰ ਨੇ ਅਕਾਲੀਆਂ ਨੂੰ ਦਿਖਾਤੀ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਉਹ ਫਿਰ DS ਪੰਨੂ ਦਾ ਜਿਹੜਾ ਹੱਥ ਸੀ ਉਹ ਰਾਜੀਵ ਲੌਂਗੋਵਾਲ ਕਾਰਡ ਦੇ ਵਿੱਚ ਵੀ ਪੂਰਾ ਮਤਲਬ DS ਪੰਨੂ ਦਾ ਹੱਥ ਸੀ, ਐਵੇਂ ਡਾਕਟਰ ਅਤਰ ਸਿੰਘ ਨੂੰ, ਪ੍ਰਿੰਸੀਪਲ ਕਪੂਰ ਨੂੰ, ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਐਵੇਂ ਬਦਨਾਮ ਕੀਤਾ ਗਿਆ, ਇੰਟੈਲੈਕਚੁਅਲ ਬੰਦੇ ਸੀ, ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਏਜੰਸੀਆਂ ਕਿਸ ਤਰ੍ਹਾਂ ਕੰਮ ਕਰ ਰਹੀਆਂ। DS ਪੰਨੂ ਹੈ ਜਿਹੜਾ ਉਹ ਬਹੁਤ ਬਾਅਦ ਦੇ ਵਿੱਚ DS ਪੰਨੂ, ਫਿਰ ਇਹਨਾਂ ਨੇ ਗਾਣਾ ਦਾ ਮਤਲਬ ਲਾਇਆ ਹਾਈ ਕਮਿਸ਼ਨਰ, ਅਤੇ ਉਹ DS ਪੰਨੂ ਨੇ ਮਤਲਬ ਪਿੱਛੇ ਰਹਿ ਕੇ, ਬਲਕਿ ਇੱਥੋਂ ਤੱਕ ਜਿਹੜਾ ਅਜੀਤ ਦਾ ਇਹ ਹੈਗਾ ਆਪਣਾ ਬਲਜਿੰਦਰ ਸਿੰਘ ਜਿਹਨੂੰ ਤੁਸੀਂ ਕਹਿੰਦੇ ਹੋ ਐਡੀਟਰ, ਇਹਦੇ ਘਰ ਵੀ ਉਦੋਂ ਲੌਂਗੋਵਾਲ ਦਾ ਮੀਟਿੰਗ ਹੋਈ ਅਰਜਨ ਸਿੰਘ ਦੀ ਅਤੇ ਲੌਂਗੋਵਾਲ ਦੀ। ਅਰਜਨ ਸਿੰਘ ਨੇ ਆਪਦੀ ਕਿਤਾਬ 'ਚ ਲਿਖਿਆ ਕਿ ਮੈਂ ਉਹਦੇ ਘਰ ਗਿਆ ਬਲਜਿੰਦਰ ਦੇ ਇੱਕ ਦਿਨ, ਮਤਲਬ ਗੱਡੀ 'ਚ ਮੇਰੇ ਨਾਲ ਕੋਈ ਸਿਕਿਉਰਿਟੀ ਨਹੀਂ ਸੀ, ਮੈਂ ਇਕੱਲਾ ਹੀ ਰਾਜਭਵਨ ਤੋਂ ਨਿਕਲਿਆ, ਉੱਥੇ ਮੇਰੇ ਜਾਂਦਿਆਂ ਨੂੰ ਲੌਂਗੋਵਾਲ ਬੈਠਾ ਸੀ, ਅਤੇ ਸਾਡੀ 2 ਘੰਟੇ ਉੱਥੇ ਗੱਲਬਾਤ ਹੋਈ ਬਲਜਿੰਦਰ ਦੇ ਘਰ, ਅਤੇ ਉਸ ਤੋਂ ਬਾਅਦ ਫਿਰ ਮੈਨੂੰ ਲੌਂਗੋਵਾਲ ਕਾਰਡ ਆ ਜਿਹੜਾ ਉਹ ਹੋਇਆ। ਅਤੇ ਇਹਦੇ ਵਿੱਚ ਮਤਲਬ ਹੋਰ ਬਲਜਿੰਦਰ ਵਾਲਾ ਜਿਹੜਾ ਕੰਮ ਹੈ ਨਾ, ਉਹ ਬਲਜਿੰਦਰ ਦਾ ਪੱਖ ਵੀ ਉਨਾ ਹੀ ਭਾਰੂ ਹੈ ਜਿੰਨਾ DS ਪੰਨੂ ਦਾ। DS ਪੰਨੂ ਅਤੇ ਬਲਜਿੰਦਰ ਇਹਨਾਂ ਦੋਵਾਂ ਨੇ ਮਤਲਬ ਰਾਜੀਵ ਲੌਂਗੋਵਾਲ ਕਾਰਡ ਕਰਾਇਆ, ਅਤੇ ਨਾ DS ਪੰਨੂ ਦਾ ਕਿਸੇ ਨੂੰ ਪਤਾ ਲੱਗਿਆ ਅਤੇ ਨਾ ਬਲਜਿੰਦਰ ਸਿੰਘ ਦਾ ਪਤਾ ਲੱਗਿਆ। ਬਦਨਾਮ ਹੋ ਗਏ ਪ੍ਰਿੰਸੀਪਲ ਸਿੰਘ ਕਪੂਰ ਅਤੇ ਡਾਕਟਰ ਅਤਰ ਸਿੰਘ, ਜਿਹਨਾਂ ਨੂੰ ਕੁਝ ਪਤਾ ਹੀ ਨਹੀਂ, ਅਤੇ ਵਿੱਚ ਪ੍ਰੋਫੈਸਰ ਸਰੂਪ ਸਿੰਘ ਨੂੰ ਰਗੜਤਾ ਵੀ ਉਹਨੇ ਜੇ ਕੀਤਾ ਉਹ ਕੀਤਾ, ਕੋਈ ਇਹਨਾਂ ਦਾ ਹੱਥ ਨਹੀਂ, ਹੱਥ ਇਹਨਾਂ ਦੋਵਾਂ ਬੰਦਿਆਂ ਦਾ, DS ਪੰਨੂ ਦਾ ਅਤੇ ਬਲਜਿੰਦਰ ਸਿੰਘ ਅਜੀਤ ਵਾਲੇ ਦਾ, ਇਹਨਾਂ ਨੇ ਕਰਾਇਆ ਸਾਰਾ ਕੁਝ। ਮੇਰਾ ਕਹਿਣ ਦਾ ਮਤਲਬ ਹੁਣ ਇਹ ਹੈ ਕਿ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਿਹੜਾ ਕਿ ਸਿੱਖ ਕੌਮ ਨੂੰ ਜਾਂ ਪੰਜਾਬੀਆਂ ਨੂੰ ਕੀ ਨਫ਼ਾ ਜਾਂ ਨੁਕਸਾਨ? ਦੇਖੋ, ਭਾਜਪਾ ਦੇ ਵਿੱਚ ਮਿਲਾਉਣ ਦੇ ਵਿੱਚ
20 ਏਜੰਸੀਆਂ ਦਾ ਕੰਮ ਹੈ ਕਿਉਂਕਿ ਏਜੰਸੀਆਂ ਨੇ ਜਿਹੜੀਆਂ ਉਹ ਕੋਈ ਵੀ ਗੌਰਮੈਂਟ ਹੋਵੇ ਗੌਰਮੈਂਟ ਜਿਹੜੀ ਉਹ ਏਜੰਸੀਆਂ ਚਲਾਉਂਦੀਆਂ ਨੇ ਅਤੇ ਏਜੰਸੀਆਂ ਨੂੰ ਇਹ ਡਿਊਟੀ ਲਾਈ ਗਈ ਏਜੰਸੀਆਂ ਦੀ ਵੀ ਤੁਸੀਂ ਫੈਡਰੇਸ਼ਨ ਦਾ ਕੋਈ ਬੰਦਾ ਇਹੋ ਜਿਹਾ ਲਿਆਓ ਜਿਹੜਾ ਪੁਰਾਣਾ ਨਾਮੀ ਬੰਦਾ ਹੋਵੇ ਅਤੇ ਉਹਨੂੰ ਤੁਸੀਂ ਜੁਆਇਨ ਕਰਾਓ ਬੀਜੇਪੀ ਉਹਨਾਂ ਨੇ ਪ੍ਰੈਸ਼ਰ ਪਾ ਕੇ ਅਤੇ ਰਿੰਦਰ ਕੱਲ੍ਹ ਨੂੰ ਬੀਜੇਪੀ ਜੁਆਇਨ ਕਰਾਈ ਹੋਰ ਕੀ ਉਹ ਤਾਂ ਪਹਿਲਾਂ ਤੋਂ ਸਰਕਾਰ ਦਾ ਬੰਦਾ ਜਿਸ ਤਰ੍ਹਾਂ ਸਰਕਾਰ ਕਹਿੰਦੀ ਸੀ ਉਸ ਤਰ੍ਹਾਂ ਕਰੀ ਗਿਆ ਹੁਣ ਵੀ ਉਹਨਾਂ ਨੇ ਪ੍ਰੈਸ਼ਰ ਪਾ ਕੇ ਅਤੇ ਉਹਨੂੰ ਰਿੰਦਰ ਕੱਲ੍ਹ ਨੂੰ ਉੱਥੇ ਲੈ ਗਿਆ ਉਹਦੇ ਮਗਰ ਇਹ ਲਾਤਾ ਵੀ ਉਹ ਪ੍ਰਧਾਨ ਹੈ ਫੈਡਰੇਸ਼ਨ ਦਾ ਨਾ ਕਦੇ ਉਹ ਪ੍ਰਧਾਨ ਰਿਹਾ ਨਾ ਕਦੇ ਉਹ ਪ੍ਰਧਾਨ ਵਾਲੀ ਗੱਲ ਹੈ ਉਹਦਾ ਵਿਚਾਰਾ ਇੱਕ ਮਾਸਟਰ ਸੀਗਾ ਮੇਰੀ ਘਰਵਾਲੀ ਦੀ ਏਰੀਅਰ ਦੇ ਦਿਓ ਅਤੇ ਮੇਰੀ ਘਰਵਾਲੀ ਦੀ ਬਦਲੀ ਕਰ ਦਿਓ ਇਹ ਕੰਮ ਉਹਨੇ ਅਰਜਨ ਸਿੰਘ ਤੋਂ ਕਰਾਉਂਦਾ ਰਿਹਾ ਉਦੋਂ ਇੰਨੇ ਕੁ ਲੈਵਲ ਹੈ ਉਹਦਾ ਵਿਚਾਰੇ ਦਾ ਕੁਛ ਵੀ ਨਹੀਂ ਉਹਨੂੰ ਪਤਾ ਹੀ ਨਹੀਂ ਏ ਬੀ ਸੀ ਨਹੀਂ ਆਉਂਦੀ ਵਿਚਾਰੇ ਨੂੰ ਪ੍ਰਾਇਮਰੀ ਸਕੂਲ ਦਾ ਟੀਚਰ ਸੀ ਪ੍ਰਾਇਮਰੀ ਸਕੂਲ ਦੇ ਟੀਚਰ ਹੀ ਉਹਦੀ ਘਰਵਾਲੀ ਸੀ ਜਾਣੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਵੀ ਜਿਹੜੀ ਇਸ ਟਾਈਮ ਕਿਸਾਨ ਅੰਦੋਲਨ ਚੱਲ ਰਿਹਾ ਆ ਉਹ ਕਿਸਾਨ ਅੰਦੋਲਨ ਦੇ ਕਾਰਨ ਜਿਹੜੀ ਆ ਕਿ ਬੀਜੇਪੀ ਦੀ ਹਰ ਪਾਸੇ ਪੂਰੇ ਭਾਰਤ ਵਿੱਚ ਜਿਹੜੀ ਸ਼ਾਖ ਆ ਖਰਾਬ ਹੋ ਚੁੱਕੀ ਆ ਜਿਹੜੀ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਜਿੱਥੇ ਜਾਂਦੇ ਨੇ ਉੱਥੇ ਰੋਸ ਮੁਜ਼ਾਹਰੇ ਹੁੰਦੇ ਨੇ ਧਰਨੇ ਹੁੰਦੇ ਨੇ ਸੋ ਕਹਿਣ ਦਾ ਮਤਲਬ ਕਿ ਬੀਜੇਪੀ ਨੇ ਇੱਕ ਸਿੱਖ ਚਿਹਰਾ ਦੇਖ ਕੇ ਅਤੇ ਇਹਨਾਂ ਨੂੰ ਸਾਹਮਣੇ ਲਿਆਂਦਾ ਕਿਉਂਕਿ ਹੋਰ ਕੋਈ ਸ਼ਾਇਦ ਉਹਨਾਂ ਨੂੰ ਕੋਈ ਲੱਭੇ ਨਹੀਂ ਜੇ ਕੋਈ ਫੈਡਰੇਸ਼ਨ ਦਾ ਬੰਦਾ ਜਾਂਦਾ ਤਾਂ ਉਹਨੂੰ ਸ਼ਰਮ ਆਉਣੀ ਚਾਹੀਦੀ ਸੀ ਵੀ ਐਡਾ ਵੱਡਾ ਮੈਂ ਕਿਉਂ ਜਦੋਂ ਲੋਕ ਸਾਰੇ ਇਹਨਾਂ ਦਾ ਘਿਰਾਓ ਕਰ ਰਹੇ ਨੇ ਇਹਨਾਂ ਨੂੰ ਵੜਨ ਨਹੀਂ ਦੇ ਰਹੇ ਪਿੰਡਾਂ ਦੇ ਵਿੱਚ ਅਤੇ ਮੈਂ ਆਪਣੇ ਆਪ ਨੂੰ ਫੈਡਰੇਸ਼ਨ ਦਾ ਪ੍ਰਧਾਨ ਕਹਿਣਾ ਅਤੇ ਮੈਂ ਬੀਜੇਪੀ ਜਾ ਰਿਹਾ ਹੀ ਸ਼ੁੱਡ ਹੈਵ ਬੀਨ ਕਿਕਡ ਆਊਟ ਮੈਨੂੰ ਆਪਣੇ ਆਪ ਹੀ ਸ਼ਰਮ ਆਉਣੀ ਚਾਹੀਦੀ ਸੀ ਮੈਂ ਕੀ ਕਰਨਾ ਸਾਡੀ ਸ਼ਹੀਦਾਂ ਦੀ ਜਥੇਬੰਦੀ ਇੱਥੋਂ ਇਹ ਐਕਸਪੋਜ਼ ਹੋ ਗਿਆ ਵੀ ਇਹਨੇ ਸਾਰਾ ਕੰਮ ਪਹਿਲਾਂ ਜਿਹੜਾ ਰਜੀ ਲੌਂਗੋਵਾਲ ਅਕਾਊਂਟ ਵਾਲਾ ਅਤੇ ਡੀ ਐੱਸ ਪੰਨੂ ਨਾਲ ਮਿਲ ਕੇ ਜਿਹੜਾ ਬਲਜਿੰਦਰ ਦੇ ਨਾਲ ਮਿਲ ਕੇ ਜਿਹੜਾ ਕੁਝ ਇਹਨਾਂ ਨੇ ਕਰਾਇਆ ਸਾਰਾ ਇਹ ਉਦੋਂ ਤਾਂ ਮਤਲਬ ਇਹ ਕੰਮ ਕਰ ਰਿਹਾ ਸੀ ਇਹ ਗੱਲ ਹੈ ਜਿਹੜੀ ਇਹ ਐਕਸਪੋਜ਼ ਕਰਦੀ ਇਹਨੂੰ ਉਸ ਪਾਸੇ ਵੀ ਪਹਿਲਾਂ ਤੋਂ ਵੀ ਇਹ ਕੰਮ ਕਰ ਰਿਹਾ ਸੀ ਅਤੇ ਹੁਣ ਜਿਹੜੀ ਆ ਕਿ ਇਸ ਦੇ ਨਾਲ ਜਿਹੜਾ ਕਿ ਅਸੀਂ ਇਹ ਗੱਲ ਸਮਝਦੇ ਹਾਂ ਵੀ ਬੀਜੇਪੀ ਨੂੰ ਕੋਈ ਸਹਾਰਾ ਮਿਲੂਗਾ ਬੀਜੇਪੀ ਨੂੰ ਫੈਡਰੇਸ਼ਨ ਵੱਲੋਂ ਤਾਂ ਕੋਈ ਸਹਾਰਾ ਨਹੀਂ ਮਿਲਿਆ ਜਿਹੜਾ ਉਹਨਾਂ ਨੇ ਨਹੀਂ ਹਰਿੰਦਰ ਸਿੰਘ ਕੱਲ੍ਹੋਂ ਦੇ ਚਿਹਰੇ ਦੇ ਨਾਲ ਪੰਜਾਬ ਦੇ ਵਿੱਚ ਕੋਈ ਸਹਾਰਾ ਨਹੀਂ ਉਹ ਤਾਂ ਉਹਨਾਂ ਨੂੰ ਕੀ ਇਹਦਾ ਕੀ ਉਹਨਾਂ ਨੂੰ ਸਹਾਰਾ ਮਿਲਣਾ ਉਹ ਤਾਂ ਸਗੋਂ ਇਸ ਗੱਲ ਨੂੰ ਮਤਲਬ ਉਹਨਾਂ ਦੇ ਕਾਊਂਟਰ ਜਾਊਗੀ ਕਾਊਂਟਰ ਪ੍ਰੋਡਕਟ ਹੈ ਉਹਨਾਂ ਵਾਸਤੇ ਫੈਡਰੇਸ਼ਨ ਨਾਲ ਤਾਂ ਉਹਦਾ ਕੋਈ ਸੰਬੰਧ ਨਹੀਂ ਉਹ ਤਾਂ ਵਿਚਾਰਾ ਆਪਰੇਸ਼ਨ ਬਲਿਊ ਸਾਹਿਬ ਤੋਂ ਪਹਿਲਾਂ ਹੀ ਭੱਜ ਕੇ ਆ ਗਿਆ ਅਤੇ ਆਪਣੇ ਸਹੁਰਿਆਂ ਦੇ ਘਰ ਲੁਕਿਆ ਹੋਇਆ ਸੀ ਅਤੇ ਉਹਨੂੰ ਥੋੜ੍ਹਾ ਜਿਹਾ ਟਾਈਮ ਮਿਲ ਗਿਆ ਉਦੋਂ ਸਰਕਾਰ ਨੇ ਉਹਨੂੰ ਮਤਲਬ ਇੱਕ ਕਿਸਮ ਦਾ ਇਹਨੂੰ ਉਭਾਰ ਦਿੱਤਾ ਫੈਡਰੇਸ਼ਨ ਨੂੰ ਬਾਈਫਰਗੇਟ ਕਰਤਾ ਅਤੇ ਕੁਛ ਜਿਹੜੇ ਟਕਸਾਲ ਦੇ ਬੰਦੇ ਸੀ ਇਗਨੋਰੈਂਟ ਵਿਚਾਰੇ ਉਹਨਾਂ ਨੂੰ ਟਕਸਾਲ ਦੇ ਬੰਦਿਆਂ ਤੋਂ ਕੋਈ ਪਤਾ ਹੀ ਨਹੀਂ ਸੀ ਵੀ ਏਜੰਸੀਆਂ ਕਿਵੇਂ ਕੰਮ ਕਰਦੀਆਂ ਨੇ ਉਹ ਵੀ ਇਹਦੀ ਬੈਕ 'ਤੇ ਖੜੀਆਂ ਹੋਈਆਂ ਅਤੇ ਸਾਡਾ ਜਿਹੜਾ ਗਰੁੱਪ ਸੀ ਅਸੀਂ ਆਪਦਾ ਬਾਬੇ ਜਗਿੰਦਰ ਸਿੰਘ ਦੇ ਨਾਲ ਥੋੜ੍ਹਾ ਬਹੁਤ ਜਿੰਨਾ ਸਾਡੇ ਤੋਂ ਕੰਮ ਹੁੰਦਾ ਸੀ ਉਹ ਕਰੀ ਗਏ ਬਾਕੀ ਖਾੜਕੂ ਲਹਿਰ ਚੱਲ ਪਈ ਲੇਕਿਨ ਖਾੜਕੂ ਜਿੰਨੀਆਂ ਵੀ ਜਥੇਬੰਦੀਆਂ ਸੀ ਉਹਨਾਂ ਸਾਰਿਆਂ ਨੂੰ ਜਿਹੜੇ ਕੇਡਰ ਨੇ ਉਹ ਸਪਲਾਈ ਕਰਦੀ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਿਉਂਕਿ ਉਹਦਾ ਕਾਲਜਾਂ ਦੇ ਵਿੱਚ ਇੰਨਾ ਉਹਦਾ ਪ੍ਰਭਾਵ ਸੀ ਪਿੰਡਾਂ ਦੇ ਵਿੱਚ ਇੰਨਾ ਪ੍ਰਭਾਵ ਸੀ ਵੀ ਜਿੱਧਰ ਫੈਡਰੇਸ਼ਨ ਕਹਿੰਦੀ ਸੀ ਉਦੋਂ ਹੀ ਲੋਕ ਹੜਤਾਲ ਕਰ ਦਿੰਦੇ ਸੀ ਉਦੋਂ ਹੀ ਲੋਕ ਮਤਲਬ ਤੁਰ ਪੈਂਦੇ ਜਿੱਧਰ ਨੂੰ ਕਹਿੰਦੇ ਸੀ ਸਾਰੇ ਕੇਡਰ ਨੇ ਜਿਹੜੇ ਉਹ ਫੈਡਰੇਸ਼ਨ ਦਿੰਦੀ ਰਹੀ ਅਤੇ ਫੈਡਰੇਸ਼ਨ ਨੂੰ ਦੋ ਵਾਰ ਕੀਤਾ ਫਿਰ ਤਿੰਨ ਹੋ ਗਈਆਂ ਫਿਰ ਚਾਰ ਹੋ ਗਈਆਂ ਇਹ ਬੜੀ ਲੰਮੀ ਕਹਾਣੀ ਹੈ ਸਾਹਿਬ ਚਲੋ ਦੋ ਹੋਈਆਂ ਜਾਂ ਤਿੰਨ ਹੋਈਆਂ ਚਾਰ ਪਰ ਇੱਕ ਗੱਲ ਜ਼ਰੂਰ ਮੈਂ ਤੁਹਾਡੇ ਤੋਂ ਇਹ ਪੁੱਛਣੀ ਚਾਹਾਂਗਾ ਜਦੋਂ ਫੈਡਰੇਸ਼ਨ ਦੋ ਫਾੜ ਹੋਈ ਹੈ ਉਦੋਂ ਕਿਹੜੇ ਕਿਹੜੇ ਨਵੇਂ ਧੜੇ ਬਣੇ ਸੀ ਇੱਕ ਤਾਂ ਸਟੈਂਡਿੰਗ ਕਮੇਟੀ ਬਣਾ ਕੇ ਭੇਜੀ ਸੀ ਜੋਧਪੁਰ ਜੇਲ੍ਹ ਵਾਲਿਆਂ ਨੇ ਉਦੋਂ ਅਜੇ ਫੈਡਰੇਸ਼ਨ ਇਕੱਠੀ ਸੀ ਹਰਿੰਦਰ ਕਾਹਲੋਂ ਦਫ਼ਤਰ 'ਚ ਬੈਠਦਾ ਹੁੰਦਾ ਸੀ ਉਹਨਾਂ ਨੂੰ ਉੱਥੇ ਇਨਫੋਰਮੇਸ਼ਨ ਮਿਲ ਗਈ ਹਰਿੰਦਰ ਕਾਹਲੋਂ ਜਿਹੜਾ ਉਹ ਸਰਕਾਰ ਨਾਲ ਮਿਲਿਆ ਹੋਇਆ ਰਾਹ ਦਾ ਬੰਦਾ ਡੀ ਐੱਸ ਪੰਨੂ ਦੇ ਥਰੂ ਉਹਨੇ ਰਜੀਵ ਲੌਂਗੋਵਾਲ ਕਾਰਡ ਕਰਾਇਆ ਉਹਨਾਂ ਨੇ ਸਟੈਂਡਿੰਗ ਕਮੇਟੀ ਬਣਾ ਕੇ ਭੇਜੀ ਵੀ ਆਹ ਸਟੈਂਡਿੰਗ ਕਮੇਟੀ ਹੈ ਜਿਹੜੀ ਇਹ ਕੰਟਰੋਲ ਕਰੂਗੀ ਫੈਡਰੇਸ਼ਨ ਦਾ ਕੰਮ ਸਾਰਾ ਜਦੋਂ ਇਹਨੂੰ ਹਰਿੰਦਰ ਕਾਹਲੋਂ ਨੂੰ ਪਤਾ ਲੱਗਿਆ ਉਹ ਸਟੈਂਡਿੰਗ ਕਮੇਟੀ ਉਹਨਾਂ ਨੇ ਬਣਾ ਕੇ ਭੇਜਤੀ ਜਿਹਦੇ ਵਿੱਚ ਮੈਨੂੰ ਉਹਨਾਂ ਨੂੰ ਲਾਹਤਾ ਮਤਲਬ ਆਪਦੇ ਅਹੁਦੇ ਤੋਂ ਇਹਨੇ ਉਸੇ ਵੇਲੇ ਜਿਹੜੀ ਸਟੈਂਡਿੰਗ ਕਮੇਟੀ ਦਾ ਜਿਹਨੂੰ ਬਣਾਇਆ ਸੀ ਪ੍ਰਧਾਨ ਉਹਨਾਂ ਨੇ ਬਣਾਇਆ ਸੀ ਉਹਨਾਂ ਨੇ ਸਰਕਾਰ ਨੂੰ ਕਹਿ ਕੇ ਕਿਉਂਕਿ ਰਲਿਆ ਹੋਇਆ ਸੀ ਸਰਕਾਰ ਨਾਲ ਉਹਨੂੰ ਅਰੈਸਟ ਕਰਾਤਾ ਅਰੈਸਟ ਕਰਨ ਤੋਂ ਬਾਅਦ ਜਿਹੜੇ ਦੂਜੇ ਬੰਦੇ ਸਟੈਂਡਿੰਗ ਕਮੇਟੀ ਦਾ ਸੀ ਉਹ ਕੁਛ ਜੋਧਪੁਰ ਜੇਲ੍ਹ 'ਚ ਸਨ ਕੁਛ ਬਾਹਰ ਸਨ ਉਹ ਵੀ ਸਾਰੇ ਇਹਨੇ ਫੜਾ ਦਿੱਤੇ ਉਸ ਤੋਂ ਬਾਅਦ ਇਹਦਾ ਕਬਜ਼ਾ ਉਹਦੇ ਉੱਤੇ ਮਤਲਬ ਮੇਨਟੇਨ ਰਿਹਾ ਇਹਨਾਂ ਨੇ ਕੀ ਨਾਮ ਰੱਖਿਆ ਆਪਣੀ ਫੈਡਰੇਸ਼ਨ ਦਾ ਇਹਨਾਂ 'ਚ ਕਿਹੜੇ ਕਿਹੜੇ ਮੇਨ ਬੰਦੇ ਸੀ ਇਹਦੇ 'ਚ ਆ ਹਰਿੰਦਰ ਕਾਹਲੋਂ ਅਤੇ ਕੁਲਦੀਪ ਕਾਹਲੋਂ ਅਤੇ ਦੋ ਤਿੰਨ ਚਾਰ ਬੰਦੇ ਹੋਰ ਸੀ ਕੁਝ ਮਤਲਬ ਉਦੋਂ ਗੁਰਦੇਵ ਸਿੰਘ ਕੌਂਕੇ ਉਦੋਂ ਮਤਲਬ ਬਣ ਚੁੱਕਿਆ ਸੀ ਐਕਟਿੰਗ ਜਥੇਦਾਰ ਅਕਾਲ ਤਖ਼ਤ ਦਾ ਉਹਨੇ ਇਹਨਾਂ ਦਾ ਬੜਾ ਵਿਰੋਧ ਕੀਤਾ ਸੀ ਹਰਿੰਦਰ ਕਾਹਲੋਂ ਵਾਲੇ ਗਰੁੱਪ ਦਾ ਕਿਉਂਕਿ ਚਾਹੁੰਦਾ ਸੀ ਜੋਧਪੁਰ ਜਿਹੜੀ ਲੀਡਰਸ਼ਿਪ ਜਿਹੜੀ ਉਹਨੂੰ ਮਤਲਬ ਮੈਂ ਖਤਮ ਕਰਕੇ ਅਤੇ ਆਪਦਾ ਬੋਲਬਾਲਾ ਬਣਾਵਾਂ ਅਤੇ ਉਹ ਕੌਂਕੇ ਸੀ ਜਿਹੜਾ ਉਹ ਜੋਧਪੁਰ ਵਾਲੀ ਲੀਡਰਸ਼ਿਪ ਦੇ ਨਾਲ ਖੜ੍ਹਾ ਸੀ ਅਕਾਲ ਤਖ਼ਤ ਦਾ ਜਥੇਦਾਰ ਉਹਨੇ ਦੋ ਤਿੰਨ ਵਾਰ ਇਹਨਾਂ ਨੂੰ ਮਤਲਬ ਦਫ਼ਤਰ 'ਚ ਆ ਕੇ ਗਏ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ ਅਸਲੀ ਫੈਡਰੇਸ਼ਨ ਤੁਹਾਡੀ ਜਿਹੜੀ ਜੋਧਪੁਰ ਜੇਲ੍ਹ ਵਾਲੀ ਕਿਉਂਕਿ ਉਹਨਾਂ ਨੇ ਇੰਨਾ ਸਫ਼ਰ ਕੀਤਾ ਅਤੇ ਤੁਸੀਂ ਤਾਂ ਸਰਕਾਰ ਦੇ ਕਹਿ 'ਤੇ ਕੰਮ ਕਰ ਰਹੇ ਜੇ ਪਰ ਉਹ
ਜਹਿਦਾਰ ਕੌਂਕੇ ਨੂੰ ਫੜਾ ਦਿੱਤਾ ਉਦੋਂ। ਠੀਕ ਹੈ, ਜਹਿਦਾਰ ਕੌਂਕੇ ਨੂੰ ਅੰਦਰ ਕਰਾ ਦਿੱਤਾ ਬਾਅਦ ਸਾਲ ਵਿੱਚ ਅੰਦਰ ਕਰਾਇਆ ਇਹ 86 'ਚ 86 ਦੇ ਵਿੱਚ ਯਾਨੀ 2 ਸਾਲ ਬਾਅਦ। ਹਾਂ 86 'ਚ ਅੰਦਰ ਕਰਾ ਦਿੱਤਾ ਇਹਨਾਂ ਨੇ। ਉਸ ਤੋਂ ਬਾਅਦ ਫਿਰ ਅਸੀਂ ਜੋਧਪੁਰ ਵਾਲੀ ਜੇਲ੍ਹ 'ਚ ਜਿਹੜੇ ਮਤਲਬ ਸਾਡੇ ਕਾਰਕੁਨ ਸਨ, ਜਨਰਲ ਸੈਕਟਰੀ ਉੱਥੇ ਸੀ ਰਮਿੰਦਰ ਸੰਧੂ, ਬਾਕੀ ਵੀ ਸਾਰੇ ਉੱਥੇ ਜਾਣੇ, ਇਹਨਾਂ ਨੇ ਫਿਰ ਪ੍ਰੈਜ਼ੀਡੀਅਮ ਬਣਾ ਕੇ ਉੱਥੋਂ ਭੇਜ ਦਿੱਤਾ। ਉਹ ਪ੍ਰੈਜ਼ੀਡੀਅਮ ਦੇ ਵਿੱਚ ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਵੀ ਫੈਡਰੇਸ਼ਨ ਤੋਂ ਫਾੜ ਨਾ ਹੋਏ। ਉਹਨਾਂ ਨੇ ਗੁਰਜੀਤ ਕਾਲਾ ਨੂੰ, ਉਹਦਾ ਗੁਰਜੀਤ ਸਿੰਘ ਹੁੰਦਾ ਸੀ ਇੱਕ ਮੇਰਾ ਹਰੀਹਰ ਝੋਕ ਦਾ ਸੀ, ਉਹ ਗੁਰਜੀਤ ਸਿੰਘ ਬੜਾ ਪੁਰਾਣਾ ਫੈਡਰੇਸ਼ਨੀਆ ਸੀ, ਉਹਨੂੰ ਉਹਨਾਂ ਨੇ ਕਿੰਨੂ ਇਹਨਾਂ ਬਣਾ ਦਿੱਤਾ ਉਸ ਪ੍ਰੈਜ਼ੀਡੀਅਮ ਦਾ। ਅਤੇ ਉਹ ਗੁਰਜੀਤ ਨੂੰ ਇਹਨਾਂ ਨੇ ਕਿਹਾ ਵੀ ਤੂੰ ਇਹਦਾ ਪ੍ਰੈਜ਼ੀਡੀਅਮ ਦਾ ਕਨਵੀਨਰ ਨਹੀਂ ਬਣਨਾ, ਤੂੰ ਮਤਲਬ ਦੋ ਫਾੜ ਕਰਨੀ। ਉਹ ਵਿਚਾਰਾ ਸੀ ਤਾਂ ਸਿੱਧਾ, ਉਹਦੀ ਕੁਰਬਾਨੀ ਵੀ ਬੜੀ ਸੀ, ਉਹਨੇ ਕੰਮ ਵੀ ਬਹੁਤ ਕੀਤਾ, ਪਰ ਉਹ ਇਹਨਾਂ ਦੇ ਆਖੇ ਲੱਗ ਕੇ ਉਹਨੇ ਜੋਧਪੁਰ ਜੇਲ੍ਹ ਵਾਲੇ ਲੀਡਰਾਂ ਨੇ ਜਿਹੜੀ ਉਹਨੂੰ ਕਮਿਊਨਿਟੀ ਜਾਂ ਜਿਹੜੀ ਫੈਡਰੇਸ਼ਨ ਦੀ ਲੀਡਰਸ਼ਿਪ ਦਿੱਤੀ ਸੀ, ਉਹਨੇ ਉਹ ਲੈਣ ਤੋਂ ਇਨਕਾਰ ਕਰਤਾ। ਫਿਰ ਉਹਨਾਂ ਦੀ ਥਾਂ 'ਤੇ ਅਸੀਂ ਮਤਲਬ ਕਨਵੀਨਰ ਹੋਰ ਬਣਾਇਆ, ਉਹ ਗੁਰਜੀਤ ਸੀ ਜਿਹੜਾ, ਉਹਨੂੰ ਮਤਲਬ ਹਰਿੰਦਰ ਕਾਲਾ ਵਾਲੇ ਗਰੁੱਪ 'ਚ ਗੁਰਜੀਤ ਵੀ ਚਲਾ ਗਿਆ। ਉਸ ਤੋਂ ਬਾਅਦ ਇਹਨਾਂ ਦਾ ਦਫ਼ਤਰ ਹੋਰ ਹੋ ਗਿਆ ਅਤੇ ਪ੍ਰੈਜ਼ੀਡੀਅਮ ਦਾ ਦਫ਼ਤਰ ਹੋਰ ਹੋ ਗਿਆ, ਫਿਰ ਦੋ ਦਫ਼ਤਰ ਹੋ ਗਏ ਫੈਡਰੇਸ਼ਨ ਦੇ, ਜਿੱਥੋਂ ਮਤਲਬ ਦੋ ਫਾੜ ਹੋਏ। ਜ਼ਿਆਦਾ ਵਰਕਿੰਗ ਕਿਹਦੀ ਰਹੀ ਫਿਰ? ਜ਼ਿਆਦਾ ਵਰਕਿੰਗ ਦਾ ਪ੍ਰੈਜ਼ੀਡੀਅਮ ਦੀ ਵਰਕਿੰਗ ਕੋਈ ਥੋੜ੍ਹੀ ਜਿਹੀ ਮੋਡਰੇਟ ਸੀ, ਇਹਨਾਂ ਦੀ ਵਰਕਿੰਗ ਸੀ ਜਿਹੜੀ ਉਹ ਮਤਲਬ ਜ਼ਿਆਦਾ ਮਤਲਬ ਖਾੜਕੂ ਪੁਣੇ ਵਾਲੀ ਇਹ ਮਤਲਬ ਸਮਝਦੇ ਹੁੰਦੇ ਸੀ, ਕਿਉਂਕਿ ਮਨਵੀਰ ਸਿੰਘ ਚਿਹੜੂ ਨੂੰ ਇਹਨਾਂ ਨੇ ਆਪਦੇ ਨਾਲ ਗੰਢ ਲਿਆ। ਉਸ ਤੋਂ ਬਾਅਦ ਮਨਵੀਰ ਸਿੰਘ ਚਿਹੜੂ ਦੀ ਜਦੋਂ ਡੈਥ ਹੁੰਦੀ, ਉਸ ਤੋਂ ਬਾਅਦ ਲਾਭ ਸਿੰਘ ਇਹਨਾਂ ਨੇ ਛੁਡਾ ਲਿਆ। ਸਾਡੇ ਗਰੁੱਪ ਦੇ ਨਾਲ ਸੀ ਅਵਤਾਰ ਸਿੰਘ ਬ੍ਰਹਮਾ ਸੀ, ਕੁਲਦੀਪ ਸਿੰਘ ਮੁੱਛਲ ਸੀ, ਅਤੇ ਬਾਅਦ ਦੇ ਵਿੱਚ ਫਿਰ ਮਨਜੀਤ ਖਜਾਲਾ, ELF ਮਤਲਬ ਖਾਲਿਸਤਾਨ ਲਿਬਰੇਸ਼ਨ ਫੋਰਸ ਜਿਹੜੀ ਉਸ ਪ੍ਰੈਜ਼ੀਡੀਅਮ ਦੀ ਸਪੋਰਟ ਕਰਦੀ ਸੀ, ਜਿਹੜੀ ਖਾਲਿਸਤਾਨ ਕਮਾਂਡੋ ਫੋਰਸ ਦੀ ਮਤਲਬ ਸਪੋਰਟ ਕਰਦੇ ਸੀ, ਜਿਹੜੀ ਉਹ ਇਹ ਕਾਲੋਂ ਵਾਲਾ ਜਿਹੜਾ ਗਰੁੱਪ ਸੀ ਉਹਦੀ ਸਪੋਰਟ ਕਰਦੀ ਸੀ KCF। ਇਸ ਤਰ੍ਹਾਂ ਮਤਲਬ ਮਿਲੀਟੈਂਟਾਂ ਦੇ ਵਿੱਚ ਦੋ ਗਰੁੱਪ ਹੋ ਗਏ ਅਤੇ ਫੈਡਰੇਸ਼ਨ ਦੇ ਵਿੱਚ ਦੋ ਗਰੁੱਪ ਹੋ ਗਏ। ਉਸ ਤੋਂ ਬਾਅਦ ਫਿਰ ਆਹਿਸਤਾ ਹਾਲਾਤ ਜਿਹੜੇ ਵਿਗੜਨੇ ਸ਼ੁਰੂ ਹੋ ਗਏ। ਅੱਛਾ ਡਾਕਟਰ ਸਾਹਿਬ, ਵੀ ਹੁਣ ਜਦੋਂ ਹਰਿੰਦਰ ਸਿੰਘ ਕਾਲੋਂ BJP ਦੇ ਵਿੱਚ ਸ਼ਾਮਿਲ ਹੋਇਆ, ਤੁਸੀਂ ਵੀ ਫੈਡਰੇਸ਼ਨ ਦੇ ਪੁਰਾਣੇ ਆਗੂ ਰਹੇ ਹੋ ਅਤੇ ਉਹ ਵੀ ਫੈਡਰੇਸ਼ਨ ਦੇ ਵਿੱਚ ਰਿਹਾ ਆ, ਘੱਟੋ ਘੱਟ ਤੁਹਾਡਾ ਸਾਂਝ ਤਾਂ ਇੱਕ ਰਹੀ ਆ, ਤੁਸੀਂ ਕੁਛ ਸਮਾਂ ਇਕੱਠੇ ਕੰਮ ਤਾਂ ਕੀਤਾ, ਅਤੇ ਕੀ ਤੁਸੀਂ ਹੁਣ ਇਹ ਨਹੀਂ ਸਮਝਿਆ ਕਿ ਵੀ ਉਹਨੂੰ ਫੋਨ ਕਰਕੇ ਪੁੱਛਣਾ ਚਾਹੀਦਾ ਭਾਈ ਤੂੰ ਇਸ ਤਰ੍ਹਾਂ ਕਿਉਂ ਕੀਤਾ, ਕੀ ਕਾਰਨ ਆ ਵੀ ਜਿਹੜੀ ਤੈਨੂੰ ਸਮੱਸਿਆ ਸਾਹਮਣੇ ਆਈ? ਨਹੀਂ, ਪੁੱਛੀਏ ਤਾਂ ਜੇ ਮੈਨੂੰ ਪਹਿਲਾਂ ਨਾ ਪਤਾ ਹੋਵੇ ਨਾ, ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਇਹ ਦੋ ਬੰਦੇ ਸੀ, DS ਪੰਨੂ ਅਤੇ ਬਰਜਿੰਦਰ ਸਿੰਘ, ਜਿਨ੍ਹਾਂ ਨੇ ਇਹ ਸਾਰਾ ਕਾਰਾ ਕੀਤਾ, ਅਤੇ ਹਰਿੰਦਰ ਕਾਲੋਂ ਨੂੰ ਇਹਨਾਂ ਨੇ ਇਸ ਫੈਡਰੇਸ਼ਨ ਦਾ ਮਤਲਬ ਲੀਡਰ ਉਦੋਂ ਵਰਤਿਆ ਹੈ। ਇਸ ਤਰ੍ਹਾਂ ਹੀ ਉਹ ਅਰਜਨ ਸਿੰਘ ਲਿਖਦਾ ਵੀ ਇੱਕ ਬੱਬਰਾਂ ਦਾ ਵੀ ਜਿਹੜਾ ਲੀਡਰ ਸੀ ਉਸ ਵੇਲੇ ਦਾ, ਉਹਨੂੰ ਵੀ ਵਰਤਿਆ ਉਹਨਾਂ ਨੇ। ਉਹ ਤਾਂ ਬੜੀਆਂ ਲੰਮੀਆਂ ਗੱਲਾਂ ਨੇ, ਜੇ ਕਿਤਾਬ ਦੇ ਵਿੱਚ ਲਿਖਾਂਗਾ ਮੈਂ ਸਾਰਾ ਕੁਛ। ਉਦੋਂ ਨਿਰਾ ਕਾਲੋਂ ਹੀ ਨਹੀਂ, ਬੱਬਰ ਦੇ ਬੰਦਿਆਂ, ਬੱਬਰਾਂ ਦੇ ਬੰਦਿਆਂ ਨੇ ਵਰਤਿਆ ਉਹਨਾਂ ਰਾਜੀਵ ਲੌਂਗੋਵਾਲ ਕਾਰਡ ਕਰਵਾਉਣ ਦੇ ਵਿੱਚ, ਇਹ ਸਾਰੇ ਮਤਲਬ ਹਿੱਸੇਦਾਰ ਨੇ। ਅਤੇ ਪਰ ਹੁਣ ਜਿਹੜੇ ਲੋਕ ਪੰਥਕ ਸਫਾਂ 'ਤੇ ਜਾਂ ਫਿਰ ਪੱਕਰੀਆਂ ਸਮਾਜਿਕ ਸੇਵਾਵਾਂ ਦੀ ਜਿਹੜਾ ਕਿ ਇੱਕ ਸਹਾਰਾ ਲੈ ਕੇ ਜਿਹੜੀਆਂ ਸਿਆਸੀ ਪਾਰਟੀਆਂ ਵਿੱਚ ਰਲੇਵਾਂ ਕਰੀ ਜਾਂਦੇ ਨੇ, ਅਤੇ ਉਹਨਾਂ ਨੂੰ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਤਾਂ ਜੋ ਅਗਲੇ ਜਿਹੜੇ ਲੋਕ ਤਿਆਰੀ ਕਰੇ ਬੈਠੇ, ਘੱਟੋ ਘੱਟ ਉਹਨਾਂ ਨੂੰ ਕੁਝ ਸਮਝ ਆਵੇ ਵੀ ਕੀ ਸਾਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ? ਲੋਕਾਂ ਨੂੰ ਤਾਂ ਮੈਂ ਇਹੋ ਹੀ ਮੈਸੇਜ ਦੇਣਾ ਚਾਹੂੰਗਾ ਵੀ ਤੁਸੀਂ ਜਿਹੜੇ ਆਪਦੀ ਮਤਲਬ ਆਤਮਾ ਦੀ ਆਵਾਜ਼ ਦੇ ਨਾਲ ਨਾ, ਜਿਹਨੂੰ ਤੁਸੀਂ ਇਹ ਸਮਝਦੇ ਜਿਵੇਂ ਇਹ ਬੰਦਾ ਠੀਕ ਆ ਜਾਂ ਇਹਦੀ ਕੁਰਬਾਨੀ ਆ ਜਾਂ ਇਹ, ਆਪਣੇ ਆਪ ਹੀ ਪਤਾ ਲੱਗ ਜਾਂਦਾ, ਬੰਦਿਆਂ ਦੀ ਵਰਕਿੰਗ ਤੋਂ ਪਤਾ ਲੱਗਦਾ ਵੀ ਕਿਹੜਾ ਬੰਦਾ ਠੀਕ ਸਟੈਂਡ 'ਤੇ ਖੜਾ, ਕਿਹੜਾ ਬੰਦਾ ਥਿੜਕ ਗਿਆ। ਉਹ ਸਾਰਾ ਮਤਲਬ ਲੋਕ ਨੇ ਜਿਹੜੇ ਬਹੁਤ ਵੱਡੇ ਜੱਜ ਹੁੰਦੇ ਨੇ, ਜੱਜ ਦਾ ਕੁਝ ਵੀ ਨਹੀਂ, ਲੋਕ ਵੱਡੇ ਜੱਜ ਹੁੰਦੇ ਨੇ। ਲੋਕਾਂ ਨੂੰ ਪਤਾ ਹੁੰਦਾ, ਲੋਕਾਂ ਨੇ ਉਦੋਂ ਹੀ ਕਾਲੋਂ ਨੂੰ ਰਿਜੈਕਟ ਕਰਤਾ ਸੀ ਉਹਨਾਂ ਦਿਨਾਂ ਦੇ ਵਿੱਚ ਵੀ, ਅਤੇ ਜਦੋਂ ਰਿਜੈਕਟ ਹੋਇਆ ਤਾਂ ਇਹਨੂੰ ਕਿਹਾ ਇਹਨੂੰ ਇਹ ਖਤਰਾ ਹੋਵੇ ਮੈਨੂੰ ਮਾਰ ਦੇਣਗੇ ਜਾਂ ਮੈਨੂੰ ਮੈਨ ਹੈਂਡਲ ਕਰਨਗੇ, ਉਦੋਂ ਫਿਰ ਅੰਦਰ ਹੋ ਗਿਆ ਸਰਕਾਰ ਨਾਲ ਰਲ ਕੇ। ਫਿਰ ਕਾਫੀ ਚਿਰ ਜੇ ਅੰਦਰ ਨਾ ਰਿਹਾ ਹੁੰਦਾ ਤਾਂ ਜਿਹੜੇ ਜਿਹਨੂੰ ਇਹ ਬਣਾ ਕੇ ਗਿਆ ਬਾਅਦ ਦੇ ਵਿੱਚ ਆਪਦਾ ਪ੍ਰਧਾਨ ਪ੍ਰਧੂਨ ਇਹਨੂੰ ਚਾਰਜ ਦੇ ਕੇ ਗਿਆ, ਉਹ ਸਰਬਜੀਤ ਸਿੰਘ ਰੋਪੜ ਸੀ ਵਿਚਾਰਾ, ਉਹਨੂੰ ਸਿਰਫ ਇਹਦੇ ਕਰਕੇ ਮਤਲਬ ਸਰਬਜੀਤ ਰੋਪੜ ਨੂੰ ਮਾਰਤਾ ਵੀ ਤੂੰ ਕਾਹਲੋਂ ਦਾ ਬਣਾਇਆ ਹੋਇਆ। ਉਹਦੀ ਜਾਣ ਗਈ, ਉਹ ਹਰਦੀਪ ਸੋਤਾ ਇੱਕ ਹੁੰਦਾ ਸੀ ਉਹਦੇ ਨਾਲ, ਉਹਦੀ ਜਾਣ ਗਈ। ਮਤਲਬ ਉਦੋਂ ਇਸ ਤਰ੍ਹਾਂ ਦੀ ਗੱਲ ਚੱਲ ਪਈ ਸੀ, ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਕਿਹੜਾ ਬੰਦਾ ਸਰਕਾਰ ਨਾਲ ਰਲਿਆ ਹੋਇਆ ਤਾਂ ਕਿਹੜਾ ਬੰਦਾ ਠੀਕ ਚੱਲ ਰਿਹਾ। ਅਤੇ ਹੁਣ ਤੁਹਾਨੂੰ ਕਿਸੇ ਫੈਡਰੇਸ਼ਨ ਆਗੂ ਦੇ ਜਾਂ ਕਿਸੇ ਹੋਰ ਦੇ ਕੋਈ ਫੋਨ ਨਹੀਂ ਆਏ ਭਾਈ ਵੀ ਇਹ ਬੰਦੇ ਨੇ ਇੱਦਾਂ ਕੀਤਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਕੁਛ ਕੋਈ ਬਿਉਂਤ? ਨਹੀਂ, ਮੈਂ ਉਹਦੀ ਗੁਰਚਰਨ ਗਰੇਵਾਲ ਦੀ ਸਟੇਟਮੈਂਟ ਪੜ੍ਹੀ ਸੀ, ਆਪਣੇ ਪਹਿਰੇਦਾਰ 'ਚ ਲੱਗੀ ਹੋਈ ਸੀ, ਉਹ ਬੜੀ ਅੱਛੀ ਸਟੇਟਮੈਂਟ ਸੀ। ਉਹਨੇ ਹਰਿੰਦਰ ਕਾਲੋਂ ਨੂੰ ਉਹਨੇ ਕੋਟ ਕੀਤਾ ਵੀ ਉਹ ਸਰਕਾਰ ਨਾਲ ਰਲਿਆ ਹੋਇਆ ਸੀ ਪਹਿਲਾਂ ਤੋਂ ਹੀ, ਅਤੇ ਇਹਦਾ ਕੋਈ ਅਸਰ ਨਹੀਂ, ਨਾ ਕੋਈ ਇਹਦਾ ਅਸਰ ਪੈਣਾ ਹੀ ਹੈ ਜੇ ਤਾਂ ਕੋਈ, ਨਾ ਕੋਈ BJP ਨੂੰ ਇਹਦਾ ਫਾਇਦਾ ਹੋਣਾ ਹੈ ਅਤੇ ਨਾ ਕੋਈ ਫੈਡਰੇਸ਼ਨ 'ਤੇ ਇਸ ਚੀਜ਼ ਦਾ ਪ੍ਰਭਾਵ ਹੋਣਾ ਵੀ ਫੈਡਰੇਸ਼ਨ ਉਹ ਤਾਂ ਚਲੀ ਗਈ, ਇਹ ਫੈਡਰੇਸ਼ਨ ਦਾ ਕੋਈ ਉਹਦੇ ਨਾਲ ਮਤਲਬ ਸੰਬੰਧ ਹੀ ਨਹੀਂ ਰਿਹਾ। ਮੈਂ ਤਾਂ ਇੱਥੋਂ ਤੱਕ ਕਹੂੰਗਾ ਵੀ ਉਹਦਾ ਕੋਈ ਸੰਬੰਧ ਹੀ ਨਹੀਂ ਰਿਹਾ ਫੈਡਰੇਸ਼ਨ ਦਾ,
ਉਹ ਤਾਂ ਇੱਕ ਹਰਿੰਦਰ ਸਿੰਘ ਕਾਹਲੋਂ ਇੱਕ ਮਾਸਟਰ ਹੈ ਪ੍ਰਾਇਮਰੀ ਸਕੂਲ ਦਾ ਮਾਸਟਰ, ਉਹ ਠੀਕ ਹੈ, ਉਹਨੇ ਬਾਅਦ 'ਚ ਲਾ ਲੂ ਕਰ ਲਿਆ, ਹੁਣ ਕਚਹਿਰੀਆਂ 'ਚ ਵੀ ਜਾਂਦਾ ਉੱਥੇ ਜਲੰਧਰ, ਇਸ ਤਰ੍ਹਾਂ ਦੀ ਮੈਂ ਸੁਣੀ, ਉਹਨੇ ਕੋਈ ਲਾਭ ਕੀਤਾ, ਪਰ ਮੈਨੂੰ ਨਹੀਂ ਮਿਲਿਆ ਉਸ ਤੋਂ ਬਾਅਦ ਜਦੋਂ ਤੋਂ, ਮਤਲਬ ਮੈਂ ਉਹਨੂੰ ਕਮਿਊਨੀਅਟ ਬਣਾ, ਅਸੀਂ ਸਟੈਂਡਿੰਗ ਕਮੇਟੀ ਦਾ ਉਹਨੂੰ ਸਟੈਂਡਿੰਗ ਕਮੇਟੀ ਉਹਨੇ ਫੇਲ ਕਰਤੀ, ਜਦੋਂ ਉਹਨੂੰ ਐਡਹੋਕ ਕਮੇਟੀ ਦਾ ਜੋ ਬਣਾਇਆ ਉਹਨੂੰ ਸਪੋਕਸਮੈਨ, ਉਸ ਤੋਂ ਬਾਅਦ ਥੋੜ੍ਹਾ ਜਿਹਾ ਚਿਰ ਉਹਨੇ ਮੇਰੇ ਨਾਲ ਰਾਬਤਾ ਰੱਖਿਆ, ਬਾਅਦ ਦੇ ਵੀ ਤਾਂ ਫਿਰ ਉਹਨੇ ਮਤਲਬ ਇੱਥੋਂ ਤੱਕ ਸਾਨੂੰ ਐਲੀਮੀਨੇਟ ਕਰਾਉਣ ਦੀ ਵੀ ਆਪਣੀ ਆਪਦੇ ਹਿਸਾਬ ਨਾਲ ਉਹ ਕੋਸ਼ਿਸ਼ ਕਾਸ਼ਿਸ਼ ਕਰਦਾ ਰਿਹਾ ਵਿਚਾਰਾ ਜਿੰਨੇ ਯੋਗ ਸੀਗਾ, ਪਰ ਚਲੋ ਅਸੀਂ ਸਾਡਾ ਉਹ ਗੱਲਾਂ ਤਾਂ ਅਸੀਂ ਲੈ ਕੇ ਨਹੀਂ ਤੁਰਦੇ ਹੁਣ, ਹੁਣ ਤਾਂ ਇਹ ਲੋੜ ਇਹ ਆ ਵੀ ਸਾਰਾ ਪੰਥ ਆ ਜਿਹੜਾ ਉਹ ਕੌਮ ਇਕੱਠੀ ਹੋਵੇ, ਜਿਹੜੇ ਬੰਦਿਆਂ ਦੇ ਪਹਿਲਾਂ ਸ਼ੱਕ ਸੀ ਉਹ ਵੀ ਆਪਣੇ ਆਪ ਨੂੰ ਸੁਧਾਰ ਕੇ ਅਤੇ ਅੱਗੇ ਲਿਆਉਣ, ਜਿਸ ਤਰ੍ਹਾਂ ਧਿਆਨ ਸਿੰਘ ਮਾਨ ਨੇ ਮਾਫ਼ੀ ਮੰਗ ਲਈ ਅਕਾਲ ਤਖ਼ਤ 'ਤੇ ਜਾ ਕੇ, ਮੇਰੇ ਤੋਂ ਗਲਤੀ ਹੋਈ ਹੈ ਬਰਗਾੜੀ ਮੋਰਚੇ ਵੇਲੇ, ਜਿਹੜਾ ਕੁਝ ਮੈਨੂੰ ਹੋਇਆ ਤਾਂ ਮੈਨੂੰ ਅਕਾਲ ਤਖ਼ਤ ਮਾਫ਼ ਕਰ ਦੇ, ਅਤੇ ਜਿਨ੍ਹਾਂ ਤੋਂ ਗਲਤੀਆਂ ਹੋਈਆਂ ਉਹ ਸਾਰੇ ਆ ਕੇ ਮਾਫ਼ੀ ਮੰਗਣ, ਮਾਫ਼ੀ ਮੰਗ ਕੇ ਦੇ ਕੌਮ ਵਾਸਤੇ ਕੁਛ ਕਰਨ, ਕੌਮ ਦਾ ਬਹੁਤ ਬੁਰਾ ਹਾਲ ਹੋਇਆ, ਮਤਲਬ ਇੱਥੋਂ ਤੱਕ ਕੌਮ ਦਾ ਮਤਲਬ ਇੱਕ ਕਿਸਮ ਦਾ ਜਿੰਨਾ ਜਿੰਨੀ ਜਿੰਨਾ ਢਹਿੰਦੀ ਕਲਾ 'ਚ ਕੌਮ ਮਤਲਬ ਇਸ ਸਟਰਗਲ ਤੋਂ ਬਾਅਦ ਗਈ ਹੈ, ਮੇਰੇ ਕੋਲ ਕਦੇ ਗਈ ਨਹੀਂ ਹੋਣੀ, ਇਤਿਹਾਸ ਇਹ ਦੱਸਦਾ, ਅਤੇ ਸਾਰਿਆਂ ਨੂੰ ਇਕੱਠੇ ਹੋ ਕੇ ਅਤੇ ਹੰਬਲਾ ਮਾਰਨਾ ਚਾਹੀਦਾ, ਫਿਰ ਉਸੇ ਤਰ੍ਹਾਂ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਹੋਰਾਂ ਦੀ ਲਾਈਨ ਸੀ, ਭਾਈ ਅਮਰੀਕ ਸਿੰਘ ਹੋਰਾਂ ਦੀ ਲਾਈਨ ਸੀ, ਜਨਰਲ ਸੁਖਬੀਰ ਸਿੰਘ ਹੋਰਾਂ ਜਿਸ ਤਰ੍ਹਾਂ ਲੜਾਈ ਲੜੀ, ਉਸ ਹਿਸਾਬ ਨਾਲ ਸੋਚ ਸਮਝ ਕੇ ਅਤੇ ਇਕੱਠੇ ਹੋ ਕੇ ਤੁਰਨਾ ਚਾਹੀਦਾ, ਸਰਕਾਰਾਂ ਕੀ ਨੇ, ਸਰਕਾਰਾਂ ਤਾਂ ਕੁਛ ਵੀ ਨਹੀਂ ਹੁੰਦੀਆਂ, ਜੇ ਸਿੱਖ ਇਕੱਠੇ ਹੋ ਜਾਣ, ਇਕੱਠੇ ਹੋ ਕੇ ਤੁਰ ਪੈਣ, ਅਤੇ ਸਰਕਾਰਾਂ ਤਾਂ ਵਿਚਾਰੀਆਂ ਉਸੇ ਵੇਲੇ ਝੁੱਕ ਜਾਂਦੀਆਂ, ਉਦੋਂ ਝੁੱਕ ਗਈ ਸੀ, ਉਦੋਂ ਰਾਜੀਵ ਮਤਲਬ ਪ੍ਰਾਈਮ ਮਿਨਿਸਟਰ ਬਣਿਆ, ਉਦੋਂ ਵੀ ਸਰਕਾਰ ਝੁੱਕ ਗਈ ਸੀ, ਜੇ ਫਿਰ ਸਾਡੇ ਦੁਫਾੜ ਨਾ ਪੈਂਦਾ ਤਾਂ ਉਦੋਂ ਝੁੱਕੀ ਹੋਈ ਸੀ ਸਰਕਾਰ, ਜਿਹੜਾ ਕੁਛ ਮਰਜ਼ੀ ਮਤਲਬ ਸਰਕਾਰ ਤੋਂ ਅਸੀਂ ਮੰਗ ਲਏ, ਹਾਈਵੇਕਰਾਂ ਨੂੰ ਛੱਡਣ ਨੂੰ ਕਹਿੰਦੇ ਸੀ, ਉਹ ਸਾਰਾ ਕੁਛ ਜੋਧਪੁਰ ਵਾਲੇ ਬੰਦੇ ਉਦੋਂ ਹੀ ਛੱਡਣ ਨੂੰ ਕਹਿੰਦੇ ਸੀ, ਲੇਕਿਨ ਜਦੋਂ ਇਹ ਮਤਲਬ ਇਹਨਾਂ ਨੇ ਕਰਤੂਤ ਸਾਰੀ ਕੀਤੀ, ਫਿਰ ਸਰਕਾਰ ਨੇ ਲੌਂਗੋਵਾਲ ਨੂੰ ਮਰਵਾ ਦਿੱਤਾ, ਆਪ ਹੀ ਉਹਨਾਂ ਨੇ ਸਾਰਾ ਕੁਝ ਉਹ ਲਿਖਿਆ, ਉਹਨੇ ਕਈਆਂ ਕਿਤਾਬਾਂ ਵਿੱਚ ਆਇਆ, ਮੈਂ ਉਹਦੀ RTI ਵੀ ਮੰਗੀ ਹੈ, ਜਿਹੜੀਆਂ ਉਹਨਾਂ ਨੇ ਰਾਜੀਵ ਲੌਂਗੋਵਾਲ ਦੇ ਮਰਡਰ ਤੋਂ ਬਾਅਦ ਜਿਹੜੀਆਂ ਕਮਿਸ਼ਨ ਬਣਾਏ ਸੀ, ਉਹਨਾਂ ਕਮਿਸ਼ਨਾਂ ਨੇ ਵੀ ਰਿਪੋਰਟ ਦਿੱਤੀ ਵੀ KPS ਗਿੱਲ ਨੇ ਮਰਵਾਇਆ ਮਤਲਬ ਲੌਂਗੋਵਾਲ ਨੂੰ, ਇੱਕ ਲੈਫਟੀਨੈਂਟ ਜਨਰਲ ਗੌਰੀ ਸ਼ੰਕਰ ਹੁੰਦਾ ਸੀ ਉਦੋਂ, ਜਿਹੜਾ ਗਵਰਨਰ ਦਾ ਐਡਵਾਈਜ਼ਰ ਸੀ, ਉਹਨੇ ਬਣਾਈ ਆਪਦੀ ਜਿਹੜੀ, ਉਹਨੇ ਇਨਕੁਆਇਰੀ ਕੀਤੀ ਇਹਦੇ ਮਰਡਰ ਦੀ, ਅਤੇ ਉਦੋਂ ਕਿਰਪਾਲ ਢਿੱਲੋਂ ਹੁੰਦਾ ਸੀ DGP ਅਤੇ ਪੁਲਿਸ ਦਾ, ਉਹਨੇ ਵੀ ਆਪਦੀਆਂ ਕਿਤਾਬਾਂ 'ਚ ਇਹ ਲਿਖਿਆ ਵੀ ਸਰਕਾਰ ਨੇ ਆਪ ਮਰਵਾਇਆ ਲੌਂਗੋਵਾਲ, ਮਤਲਬ ਸਮਝੌਤਾ ਕਰਕੇ, ਉਹਦਾ ਫੇਕ ਸਮਝੌਤਾ ਕਰਕੇ ਅੰਗੂਠਾ ਲਵਾ ਕੇ, ਅੰਗੂਠਾ ਲਵਾਉਣ ਵਾਲੇ ਮਤਲਬ ਇਹ ਸਨ ਬਰਜਿੰਦਰ ਅਤੇ DS ਪੰਨੂ, ਅਤੇ ਵਿੱਚ ਉਹਨਾਂ ਦੇ ਹਰਿੰਦਰ ਕਾਹਲੋਂ ਵੀ ਨਾਲ ਸੀ, ਅਤੇ ਨਾਲ ਬੱਬਰਾਂ ਦਾ ਵੀ ਮਾੜਾ ਮੋਟਾ ਹੱਥ ਸੀਗਾ, ਬੱਬਰ ਵੀ ਕਹਿੰਦੇ ਸੀ ਵੀ ਲੌਂਗੋਵਾਲ ਨਾਲ ਰਿਕਾਰਡ ਕਰ ਲਓ, ਉਦੋਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਉਦੋਂ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਕੀ ਹੋਗਾ, ਜਲਦੀ ਜਲਦੀ ਦੇ ਵਿੱਚ ਫਟਾਫਟ, ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੋਸ਼ ਦੇ ਵਿੱਚ ਹੋਸ਼, ਜੋ ਹੋਸ਼ ਦੇ ਹੋਸ਼ ਗੁਆ ਬੈਠੇ, ਪਤਾ ਨਹੀਂ ਲੱਗਿਆ ਕੀ ਕਰ ਬੈਠੇ, ਬਾਅਦ 'ਚ ਪਤਾ ਲੱਗਿਆ ਜਦੋਂ ਲੌਂਗੋਵਾਲ ਨੂੰ ਮਰਵਾ ਦਿੱਤਾ, ਲੌਂਗੋਵਾਲ ਨੂੰ ਜਿਹੜੀਆਂ ਮਤਲਬ ਉਹਦੇ ਨਾਲ ਗੁਪਤ ਗੱਲਾਂ ਜਿਹੜੀਆਂ ਸਰਕਾਰ ਨੇ ਕਹੀਆਂ ਸੀ ਅਸੀਂ ਕਰਾਂਗੇ ਮਤਲਬ ਤੁਸੀਂ ਜਨਵਰੀ ਦਾ ਕਰੋ, ਖਤਮ ਹੋ ਗਈਆਂ ਉਹਦੇ ਮਾਰਨ ਦੇ ਨਾਲ, ਮਰਵਾਇਆ ਵੀ ਇਹਨਾਂ ਨੇ ਆਪ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਕਿ ਤੁਸੀਂ ਸਾਡੇ ਨਾਲ ਜਿਹੜੀਆਂ ਕਿ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ। ਸੋ ਅਸੀਂ ਆਪ ਤੋਂ ਹੁਣ ਇਜਾਜ਼ਤ ਚਾਹਾਂਗੇ, ਅਤੇ ਇਸ ਦੇ ਨਾਲ ਅਸੀਂ ਇਹ ਵੀ ਗੱਲ 'ਤੇ ਸਮਝ ਲਈ ਹੈ ਕਿ ਡਾਕਟਰ ਭਗਵੰਤ ਸਿੰਘ ਜੀ ਨੇ ਬੜੀਆਂ ਸਾਫ਼ ਸੁਥਰੀਆਂ ਗੱਲਾਂ ਕੀਤੀਆਂ ਨੇ, ਕਲੀਅਰ ਉਹਨਾਂ ਨੇ ਕੀਤਾ ਕਿ ਜਿਹੜੇ ਕਿ BJP ਦੇ ਵਿੱਚ ਪਿਛਲੇ ਦਿਨ ਹਰਿੰਦਰ ਸਿੰਘ ਕਾਹਲੋਂ ਸ਼ਾਮਿਲ ਹੋਏ ਨੇ, ਉਹਨਾਂ ਦਾ ਬਹੁਤ ਜਾਣੀ ਕੋਈ ਪ੍ਰਭਾਵ ਨਹੀਂ ਪੈਂਦਾ ਇੱਥੇ, ਕਿਉਂਕਿ ਉਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਰਹੇ ਨੇ। ਇਹ ਸਾਰਾ ਕੁਝ ਕਹਿਣਾ ਡਾਕਟਰ ਭਗਵੰਤ ਸਿੰਘ ਦਾ, ਜਿਨ੍ਹਾਂ ਨੇ ਉਹਨਾਂ ਦੇ ਨਾਲ ਆਲ ਇੰਡੀਆ ਸਿੱਖ ਸੁਝਾਅ ਫੈਡਰੇਸ਼ਨ ਦੇ ਵਿੱਚ ਕੰਮ ਕੀਤਾ ਹੈ। ਸੋ ਹੁਣ ਮੈਂ ਆਪ ਜੀ ਤੋਂ ਇਜਾਜ਼ਤ ਚਾਹੁੰਦਾ, ਅਤੇ ਜਲਦੀ ਹੀ ਅਸੀਂ ਅਗਲੀ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।